एक ओंकार सतना कर्ता पुरख अकाल मूरत अजूनी सैभं गुर प्रसाद बलिहारी गुरे अपने दियोहाड़ी सदवार जिन मानस ते देवते किए करत ना लागी वार जे सौ चंदा उगवै सूरज चढ़े हजार एते चानण होंदिया गुर बिन घोर अंधार ज्ञान ध्यान किश कर्मणा जाना सार ना जाना तेरी सब ते वड्डा सतगुर नानक जिन कल राखी मेरी जुगो जुग अटल सतगुरु श्री गुरु ग्रंथ साहिब सच्चे पातशाह जी महाराज जिन्हां दे महान पवित्र पावन इलाही चरणा विच आप जी बड़े प्यार सत्कार श्रद्धा भावना नाल जुड़ बैठ के गुरु सवारियां पासों बड़ी सुरीली आवाज दे विच गुरबाणी दा कीर्तन सरवण करके गुरु नानक साहिब सच्चे पातशाह जी दे पावन दरबार दियां अपार बख्शिशां अपनी झोली विच पवा रहे सी। गुरु साहब की अपार बख्शिश उन्हां दी पावन बाणी का महान खजाना जदों जीवन दे विच साडे उतर जांदा है ते जिवें पानी मनुख दियां शरीर उत्ते लगियां होईयां कई बुराइयां नूं धो दिंदा है जदों वह पावन बाणी मनुख दे अंदर जांदी है ते हिरदे दियां बहुत बुराइयां नूं धो दिंदी है। आओ उन्हां महान बख्शिशां दे नाल अपनियां झोलियां भरीए जी। सब तो पहला गुरफतेह हाजिर है प्रवान करो। जितने भी आप गुरु दरबार विच जुड़ के बैठे हो जां गुरु दरबार तो बाहर हो सारे गज वज के आखो जी वाहिगुरु जी का खालसा वाहिगुरु जी की फतेह। गुरु साहब के पावन चरणा नाल अपना चित जोड़िए जी। इहदे विच कोई शक नहीं जिवें अनाउंस भी कीता है कि गुरबाणी का कीर्तन इन्ना प्यारा हो रहा सी कि उस तो बाद कुछ भी सुनन सुनाउण नूं दिल नहीं सी कर रहा। और ये कदे कदे हुंदा है हर वक्त नहीं। जदों कोई विछड़ी हुई आत्मा नूं अकाल पुरख वाहिगुरु परमात्मा दा दर दोबारा नसीब हो जाता है किसी जुगती किसी ढंग किसी तरीके दे नाल तां फिर उहदा दिल करदा है भी मैं हुण बैठी रहां इत्थे कदे विछोड़ा पै ना जाए।
ਆਓ ਉਹਦੇ ਮਹਾਨ ਚਰਨਾਂ ਦੇ ਨਾਲ ਚਿੱਤ ਜੋੜੀਏ ਜੀ। ਪਾਵਨ ਬਾਣੀ ਦਾ ਗਾਇਨ ਕਰਕੇ ਸੁਰਤੀ ਬਿਰਤੀ ਨੂੰ ਟਿਕਾਓ ਵਿੱਚ ਲਿਆ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ਾਂ, ਉਹਨਾਂ ਦੇ ਪਾਵਨ ਜੀਵਨ ਘਟਨਾਵਾਂ ਨਾਲ ਚਿੱਤ ਜੋੜਨਾ। ਸਭ ਤੋਂ ਪਹਿਲਾਂ ਗਾਇਨ ਕਰੀਏ ਇੱਕ ਪਾਵਨ ਪੰਗਤੀ, ਔਰ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਜਿਵੇਂ ਕੀਰਤਨ ਦੇ ਨਾਲ ਹੁਲਾਰਾ ਦੇ ਰਹੇ ਸੀ, ਇਸ ਤਰ੍ਹਾਂ ਕਥਾ ਦੇ ਨਾਲ ਵੀ ਹੁਲਾਰਾ ਦਿਓਗੇ। ਆਪਸ ਵਿੱਚ ਪਿਆਰ ਦੇ ਨਾਲ ਗਾਇਨ ਕਰੋ ਜੀ। ਨਾਮ ਮਿਲੈ ਤਾਂ ਜੀਵਾ ਨਾਨਕ, ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ ਨਾਨਕ, ਨਾਮ ਮਿਲੈ ਤਾਂ ਜੀਵਾ, ਨਾਮ ਨਾਮ ਮਿਲੈ ਤਾਂ ਤਨ ਮਨ ਤੀਵੈ ਹਰਿਆ, ਤਨ ਮਨ ਤੀਵੈ ਹਰਿਆ, ਤਨ ਮਨ ਤਨ ਮਨ ਤੀਵੈ ਹਰਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਨਾਮ ਮਿਲੈ ਤਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਉਹ ਪਵਿੱਤਰ ਪਾਵਨ ਆਵਾਜ਼, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਗਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਸਿੰਘ ਬੁੱਕੇ ਮੁਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਦੇ ਵਿੱਚ ਆਏ, ਉਹਨਾਂ ਨੇ ਆਪਣਾ ਕਦਮ ਰੱਖਿਆ ਤਾਂ ਇਸ ਦੁਨੀਆਂ ਦੇ ਵਿੱਚ ਬਹੁਤ ਹਨੇਰ ਗਰਦੀ ਮੱਚੀ ਹੋਈ ਸੀ, ਇੱਕ ਸੰਘਣੀ ਧੁੰਦ ਸੀ ਇਸ ਦੁਨੀਆਂ ਦੇ ਵਿੱਚ। ਮੈਂ ਪਿਛਲੇ ਦਿਨੀ ਵੀ ਸਮਾਗਮ ਦੇ ਵਿੱਚ ਇੱਕ ਬੇਨਤੀ ਕਰਕੇ ਆਇਆ, ਇਸ ਧੁੰਦ ਦਾ ਤੇ ਚਾਨਣ ਦਾ ਆਪਸ ਵਿੱਚ ਵੈਸੇ ਕੋਈ ਸੰਬੰਧ ਨਹੀਂ ਹੁੰਦਾ, ਹਨੇਰਾ ਤੇ ਚਾਨਣ ਇਹ ਦੋ ਸ਼ਬਦ ਆਪਸ ਵਿੱਚ ਮਿਲਦੇ ਨੇ, ਪਰ ਭਾਈ ਗੁਰਦਾਸ ਸਾਹਿਬ ਨੇ ਜਿਹੜਾ ਤੇ ਸ਼ਬਦ ਵਰਤਿਆ ਨਾ ਵੀ ਮਿੱਟੀ ਧੁੰਦ ਜਗ ਚਾਨਣ ਹੋਗਾ, ਇਹ ਬੜਾ ਧਿਆਨ ਦੇ ਕੇ ਸਮਝਣ ਵਾਲੀ ਗੱਲ ਹੈ ਕਿ ਉਸ ਟਾਈਮ ਇੱਕ ਧੁੰਦ ਬਣੀ ਹੋਈ ਸੀ ਇਸ ਸਮਾਜ ਦੇ ਵਿੱਚ। ਇਹ ਇਕੱਲੀ ਧੁੰਦ ਧਾਰਮਿਕ ਪੱਧਰ ਦੀ ਨਹੀਂ ਸੀ, ਧਰਮੀ ਲੋਕ ਤਾਂ ਗਲਤ ਹੋ ਚੁੱਕੇ ਸਨ, ਇੱਕ ਧੁੰਦ ਇਹ ਸੀ, ਰਾਜਨੀਤਿਕ ਲੋਕ ਗਲਤ ਹੋ ਚੁੱਕੇ ਸਨ, ਇਹ ਵੀ ਧੁੰਦ ਸੀ, ਤੇ ਆਰਥਿਕ ਪੱਖ ਤੋਂ ਲੋਕਾਂ ਨੂੰ ਮਾਰਿਆ ਜਾ ਰਿਹਾ ਸੀ, ਇਹ ਵੀ ਧੁੰਦ ਸੀ, ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਸੀ, ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਸੀ। ਗੁਰੂ ਨਾਨਕ ਸਾਹਿਬ ਦਾ ਉਹ ਪਾਵਨ ਬਚਨ ਹੈ ਨਾ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਤ ਤੀਨੇ ਉਜਾੜੇ ਕਾ ਬੰਦ। ਇਹ ਧੁੰਦ ਹੈ ਧਾਰਮਿਕ ਤੌਰ ਤੇ ਬਣੀ ਹੋਈ, ਇਹ ਵੀ ਦੂਰ ਕੀਤੀ, ਪਰ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਇਹ ਵੀ ਇੱਕ ਧੁੰਦ ਹੈ ਰਾਜਨੀਤਿਕ ਪੱਖ ਦੀ, ਜਦੋਂ ਗੁਰੂ ਨਾਨਕ ਸਾਹਿਬ ਨੇ ਰਾਜਿਆਂ ਨੂੰ ਵੀ ਸੁਧਾਰਿਆ ਸਿੱਧਾ ਕੀਤਾ। ਭਾਈ ਗੁਰਦਾਸ ਸਾਹਿਬ ਕਹਿੰਦੇ ਇੰਨੀ ਖਤਰਨਾਕ ਧੁੰਦ ਸੀ ਕਿ ਇਸ ਧੁੰਦ ਵਿੱਚੋਂ ਨਿਕਲਣ ਦਾ ਕੋਈ ਰਸਤਾ ਨਹੀਂ ਸੀ ਦਿਸ ਰਿਹਾ, ਔਰ ਇਸ ਕਾਇਨਾਤ ਵਿੱਚ ਬੜੇ ਪੀਰ ਆਏ ਮੁੜ ਗਏ, ਬੜੇ ਸ਼ੇਖ ਆਏ ਮੁੜ ਗਏ, ਬੜੇ ਮੌਲਵੀ ਆਏ ਮੁੜ ਗਏ, ਕਾਜੀ ਆਏ ਮੁੜ ਗਏ, ਪੀਰ ਪੈਗੰਬਰ ਅਵਤਾਰ ਆਏ ਮੁੜ ਗਏ, ਪਰ ਇਸ ਧੁੰਦ ਨੇ ਉਹਨਾਂ ਦੀ ਕੋਈ ਪੇਸ਼ ਨਹੀਂ ਜਾਣ ਦਿੱਤੀ, ਕਿਉਂਕਿ ਧੁੰਦ ਖਤਰਨਾਕ ਸੀ, ਤੇ ਇੰਨੀ ਖਤਰਨਾਕ ਧੁੰਦ ਕਿ ਸੂਰਜ ਚੜ੍ਹਦਾ ਹੈ ਉਹ ਵਾਪਸ ਵਿਚਾਰਾ ਸ਼ਾਮ ਨੂੰ ਮੁੜ ਜਾਂਦਾ, ਤੇ ਧੁੰਦ ਕਹਿੰਦੀ ਹੈ ਤੂੰ ਹੁਣਾ ਕੌਣ ਹੈ, ਮੈਂ ਤਾਂ ਤੇਰੀ ਗੱਲ ਨਹੀਂ ਕੋਈ ਸੁਣਨੀ। ਗੁਰੂ ਨਾਨਕ ਸਾਹਿਬ ਜਦੋਂ ਇਸ ਦੁਨੀਆਂ ਵਿੱਚ ਆਏ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਧੁੰਦ ਦੇ ਨਾਲ ਗੁਰੂ ਨਾਨਕ ਸਾਹਿਬ ਦਾ ਵੀ ਟਾਕਰਾ ਹੋਇਆ, ਮੈਂ ਬੇਨਤੀ ਕਰ ਦਵਾਂ ਸਮਝਿਓ, ਧੁੰਦ ਦੇ ਨਾਲ ਗੁਰੂ ਨਾਨਕ ਸਾਹਿਬ ਦਾ ਵੀ ਟਾਕਰਾ ਹੋਇਆ। ਹੁਣ ਧੁੰਦ ਬੜੀ ਖਤਰਨਾਕ ਸੀ, ਇਸ ਧੁੰਦ ਨੂੰ ਜਮ੍ਹਾਂ ਕਰਨ ਵਾਲੇ ਪੈਦਾ ਕਰਨ ਵਾਲੇ ਰਾਜੇ, ਇਸ ਧੁੰਦ ਨੂੰ ਪੈਦਾ ਕਰਨ ਵਾਲੇ ਧਾਰਮਿਕ ਆਗੂ ਲੋਕ, ਇਸ ਧੁੰਦ ਨੂੰ ਪੈਦਾ ਕਰਨ ਵਾਲੇ ਬਿਜ਼ਨਸਮੈਨ ਲੋਕ ਇਕੱਠੇ ਹੋ ਗਏ। ਇੱਕ ਪਾਸੇ ਇਕੱਲੇ ਸ਼ੇਰ ਗੁਰੂ ਨਾਨਕ ਸਾਹਿਬ ਨੇ, ਸਿੰਘ ਬੁੱਕੇ ਮਿਰਗਾਵਲੀ, ਜਦੋਂ ਸ਼ੇਰ ਬੁੱਕਦਾ ਹੈ ਨਾ, ਸ਼ੇਰ ਗਰਜ ਕਰਦਾ ਹੈ, ਤੇ ਜਿਹੜੀਆਂ ਭੇਡਾਂ ਬੱਕਰੀਆਂ ਆਦਿ ਆਦਿਕ ਹੁੰਦੀਆਂ ਨੇ, ਜਾਨਵਰ ਦੂਜੇ ਹੁੰਦੇ ਨੇ, ਹਿਰਨ ਆਦਿਕ, ਉਹ ਸਾਰੇ ਭੱਜ ਜਾਂਦੇ ਨੇ, ਉਹਨਾਂ ਨੂੰ ਪੇਸ਼ ਨਹੀਂ ਕੋਈ, ਉਹਨਾਂ ਦੇ ਵਿਚਾਰਿਆਂ ਦੀ ਜਾਂਦੀ, ਉਹ ਖੜਦੇ ਨਹੀਂ ਉੱਥੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਆਪਣੀ ਤਹਾਰ ਮਾਰੀ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਓਂਕਾਰ ਦਾ ਬੋਲ ਬੋਲਿਆ,
ਜਦੋਂ ਗੁਰੂ ਨਾਨਕ ਸਾਹਿਬ ਨੇ ਸਤਨਾਮ ਦੀ ਆਵਾਜ਼ ਉੱਚੀ ਕੀਤੀ ਫਿਰ ਕੀ ਹੋਇਆ? ਇਹ ਧੁੰਦ ਦੀ ਪੇਸ਼ ਨਹੀਂ ਗਈ, ਫਿਰ ਹੌਲੀ ਹੌਲੀ ਧੁੰਦ ਹਟਣੀ ਸ਼ੁਰੂ ਹੋਈ, ਫਿਰ ਕੀ ਹੋਇਆ? ਮਿੱਟੀ ਧੁੰਦ ਜਗ ਚਾਨਣ ਹੋ ਗਿਆ। ਜਦੋਂ ਧੁੰਦ ਦਾ ਪਰਦਾ ਹਟ ਗਿਆ ਤੇ ਚਾਨਣ ਹੋ ਗਿਆ, ਪ੍ਰਕਾਸ਼ ਹੋ ਗਿਆ। ਇੰਨੀ ਲੰਮੇ ਸਮਿਆਂ ਦੀ ਧੁੰਦ ਬਣੀ ਹੋਈ ਸੀ, ਲੋਕਾਂ ਨੂੰ ਦਿਸਦਾ ਹੀ ਕੁਛ ਨਹੀਂ ਸੀ। ਜਦੋਂ ਚਾਨਣ ਹੋਇਆ ਤੇ ਉਹੀ ਲੋਕ ਜਿਹੜੇ ਸਨ ਅੱਜ ਗੁਰੂ ਨਾਨਕ ਸਾਹਿਬ ਦੇ ਪਾਵਨ ਚਰਨਾਂ ਨੂੰ ਪਕੜ ਕੇ ਕਹਿੰਦੇ ਨੇ, ਬਾਬਾ ਜੇ ਅਜੇ ਵੀ ਨਾ ਆਉਂਦਾ ਤੇ ਸ਼ਾਇਦ ਅਸੀਂ ਧੁੰਦ ਦੇ ਵਿੱਚ ਹੀ ਮਰ ਮੁੱਕ ਜਾਂਦੇ, ਖਤਮ ਹੋ ਜਾਂਦੇ। ਪਰ ਸਭ ਤੇ ਵੱਡਾ ਸਤਿਗੁਰ ਨਾਨਕ, ਉੱਚੀ ਆਵਾਜ਼ ਵਿੱਚ ਆਪਾਂ ਹੁੰਗਾਰਿਆ ਭਰਨਾ ਹਰ ਗੱਲ ਤੇ, ਸਭ ਤੇ ਵੱਡਾ ਸਤਿਗੁਰ ਚਿੰਨ ਕੱਲ ਇੱਜ਼ਤ ਬਚਾਉਣ ਵਾਲਾ ਬਾਬਾ ਨਾਨਕ ਸੱਚੇ ਪਾਤਸ਼ਾਹ। ਆਓ ਥੋੜਾ ਜਿਹਾ ਸਮਝੀਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਾਬਤ। ਗੁਰੂ ਨਾਨਕ ਸਾਹਿਬ ਦੇ ਜਦੋਂ ਖਾਨਦਾਨ ਦੇ ਬਾਰੇ ਅਸੀਂ ਝਾਤ ਮਾਰਦੇ ਹਾਂ ਤਾਂ ਇਹਨਾਂ ਦੇ ਪੜਦਾਦੇ ਦਾ ਨਾਮ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੜਦਾਦੇ ਦਾ ਨਾਮ ਰਾਮ ਨਾਰਾਇਣ ਲਿਖਿਆ। ਰਾਮ ਨਾਰਾਇਣ ਦੀ ਧਰਮ ਪਤਨੀ ਦਾ ਨਾਮ ਕੁਸ਼ਾਲ ਦੇਵੀ ਹੈ, ਜਿਹੜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਪੜਦਾਦੀ ਹੈ। ਪੜਦਾਦਾ ਬਾਬਾ ਰਾਮ ਨਾਰਾਇਣ ਜੀ, ਪੜਦਾਦੀ ਬੀਬੀ ਕੁਸ਼ਾਲ ਦੇਵੀ ਜੀ। ਇਹਨਾਂ ਦਾ ਘਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਧਾਰਮਿਕ ਬਿਰਤੀ ਦਾ ਮਾਲਕ ਹੈ। ਇਹਨਾਂ ਦੇ ਘਰ ਦੇ ਵਿੱਚ ਦੋ ਬੱਚਿਆਂ ਨੇ ਜਨਮ ਲਿਆ, ਪਹਿਲੇ ਦਾ ਨਾਮ ਸੰਪਾਤ ਤੇ ਦੂਜੇ ਦਾ ਨਾਮ ਰੱਖਿਆ ਗਿਆ ਸ਼ਿਵ ਨਾਰਾਇਣ। ਅਕਾਲ ਪੁਰਖ ਵਾਹਿਗੁਰੂ ਦੀ ਦਇਆ ਹੋਈ, ਅਗਾਂਹ ਸ਼ਿਵ ਨਾਰਾਇਣ ਜੀ ਦਾ ਵਿਆਹ ਹੋਇਆ। ਜਲੰਧਰ ਦਾ ਇੱਕ ਬੜਾ ਰਈਸ ਪਰਿਵਾਰ ਸੀ, ਉਹਦਾ ਨਾਮ ਸੀ ਜਸ ਰਾਮ। ਜਸ ਰਾਮ ਦੇ ਘਰ ਦੇ ਵਿੱਚ ਇੱਕ ਧੀ ਨੇ ਜਨਮ ਲਿਆ ਜਿਹਦਾ ਨਾਮ ਰੱਖਿਆ ਗਿਆ ਬਨਾਰਸੀ, ਬੀਬੀ ਬਨਾਰਸੀ, ਕਿਉਂਕਿ ਅਸੀਂ ਸਤਿਕਾਰ ਨਾਲ ਹੀ ਨਾਮ ਲੈਣਾ ਹੈ। ਬੀਬੀ ਬਨਾਰਸੀ ਦੇ ਨਾਲ ਵਿਆਹ ਹੋਇਆ। ਬੀਬੀ ਬਨਾਰਸੀ ਦੀ ਕੁੱਖ ਦੇ ਵਿੱਚੋਂ ਦੋ ਬੱਚਿਆਂ ਨੇ ਜਨਮ ਲਿਆ। ਪਹਿਲੇ ਦਾ ਨਾਮ ਉਹਨਾਂ ਨੇ ਰੱਖਿਆ ਗਿਆ ਮਹਿਤਾ ਕਲਿਆਣ ਦਾਸ, ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਮਹਿਤਾ ਕਾਲੂ ਜੀ। ਦੂਜਾ ਬੱਚਾ ਹੋਇਆ ਉਹਦਾ ਨਾਮ ਰੱਖਿਆ ਗਿਆ ਜੀ ਲਾਲੂ। ਇਹਨਾਂ ਦਾ ਨਾਮ ਲਾਲੂ ਹੀ ਮਿਲਦਾ ਹੈ, ਪੂਰਾ ਨਾਮ ਮੈਨੂੰ ਕਿਤੇ ਮਿਲਿਆ ਜੀ। ਇਹ ਭਾਈ ਲਾਲੂ ਜਿਹੜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਾਦਾ ਜੀ, ਮਾਫ਼ ਕਰਿਓ, ਚਾਚਾ ਜੀ ਸਨ, ਤੇ ਬੜਾ ਪਿਆਰ ਇਹਨਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਕੀਤਾ। ਮਹਿਤਾ ਕਲਿਆਣ ਦਾਸ ਜੀ ਜਦੋਂ ਵੱਡੇ ਹੋਏ ਨੇ ਤੇ ਇਹਨਾਂ ਦਾ ਵਿਆਹ ਕਰਨ ਦੀ ਪਰਿਵਾਰ ਨੇ ਸੋਚੀ, ਤੇ ਇਹਨਾਂ ਦਾ ਰਿਸ਼ਤਾ ਕਿੱਥੇ ਹੋਇਆ? ਲਾਹੌਰ ਦਾ ਇੱਕ ਪਿੰਡ ਹੈ, ਲਾਹੌਰ ਦਾ ਪਿੰਡ ਚਹਿਲ। ਉਸ ਪਿੰਡ ਦੇ ਰਹਿਣ ਵਾਲੇ ਭਾਈ ਰਾਮਦੇਵ ਜੀ ਦੇ ਘਰ ਦੇ ਵਿੱਚ ਇੱਕ ਲੜਕੀ ਨੇ ਜਨਮ ਲਿਆ ਜਿਹਦਾ ਨਾਮ ਰੱਖਿਆ ਗਿਆ ਬੀਬੀ ਤ੍ਰਿਪਤਾ। ਮਾਤਾ ਤ੍ਰਿਪਤਾ ਜੀ ਦੇ ਨਾਲ ਇਹਨਾਂ ਦਾ ਵਿਆਹ ਹੋਇਆ। ਵਿਆਹ ਹੋਣ ਤੋਂ ਕੁਛ ਟਾਈਮ ਬਾਅਦ ਇਹਨਾਂ ਦੇ ਪਿਤਾ ਜੀ ਚੜ੍ਹਾਈ ਕਰ ਗਏ। ਮੈਂ ਥਾਂ ਥੋੜ੍ਹੀ ਜਿਹੀ ਤੁਹਾਨੂੰ ਡਿਟੇਲ ਦਿੱਤੀ ਹੈ, ਇੱਕ ਅਸੀਂ ਖਾਸ ਤੌਰ 'ਤੇ ਅੱਜ ਇੱਕ ਵਿਚਾਰ ਕਰਨੀ, ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਪਰਤਾਏ, ਉਹਨਾਂ ਦਾ ਕਿੱਥੋਂ ਜੀਵਨ ਤੁਰਿਆ ਅਤੇ ਖਾਨਦਾਨ ਕਿੱਦਾਂ ਦਾ ਸੀ। ਜੇ ਅਸੀਂ ਇਹਨਾਂ ਦੇ ਪੂਰੇ ਖਾਨਦਾਨ ਦੀ ਗੱਲਬਾਤ ਕਰੀਏ, ਇਸ ਤੋਂ ਪਹਿਲਾਂ ਦੀਆਂ ਵੀ ਕਈ ਕੁੱਲਾਂ ਦੇ ਨਾਮ ਮੇਰੇ ਕੋਲ ਮੌਜੂਦ ਨੇ, ਮੈਂ ਲੱਭੇ ਨੇ, ਜੇ ਕਿਸੇ ਵੀਰ ਨੇ ਲੈ ਰਹੇ ਹੋਣ ਤਾਂ ਕਥਾ ਤੋਂ ਬਾਅਦ ਲੈ ਵੀ ਸਕਦਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦਾ ਪਰਿਵਾਰ, ਇਹਨਾਂ ਦੇ ਪੜਦਾਦਾ ਜੀ, ਦਾਦਾ ਜੀ, ਇਹਨਾਂ ਦੇ ਪਿਤਾ ਜੀ, ਤਰਨ ਤਾਰਨ ਜ਼ਿਲ੍ਹੇ ਦਾ ਇੱਕ ਪਿੰਡ ਹੈ ਪੱਠੇ ਪਿੰਡ, ਜਿਹਨੂੰ ਅੱਜ ਲੁਹਾਰਾ ਆਖਿਆ ਜਾਂਦਾ, ਉਸ ਪਿੰਡ ਦਾ ਰਹਿਣ ਵਾਲਾ ਸੀ ਇਹਨਾਂ ਦਾ ਸਾਰਾ ਜੋ ਪਰਿਵਾਰ ਸੀ। ਇਹ ਪਿੰਡ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੁੱਲ ਦੇ ਬਜ਼ੁਰਗਾਂ ਨੇ ਵਸਾਇਆ ਸੀ। ਕੋਈ ਟਾਈਮ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਇਸ ਕੁੱਲ ਦੇ ਬਜ਼ੁਰਗਾਂ ਦੇ ਕੋਲ ਰਾਜ ਭਾਗ ਹੋਇਆ ਕਰਦਾ ਸੀ। ਤੈਮੂਰ ਸ਼ਾਹ ਦਾ ਟਾਈਮ ਰਾਜ ਭਾਗ ਸੀ। ਤੈਮੂਰ ਸ਼ਾਹ ਜਦੋਂ ਆਇਆ ਤੇ ਉਹਨੇ ਖਿਜਰ ਖਾਨ ਨਾਮ ਦੇ ਇੱਕ ਆਦਮੀ ਨੂੰ ਪੰਜਾਬ ਦੀ ਸਪੁਰਦਗੀ ਦੇ ਦਿੱਤੀ, ਪੰਜਾਬ ਉਹਦੇ ਹਵਾਲੇ ਕਰ ਦਿੱਤਾ। ਤੈਮੂਰ ਸ਼ਾਹ ਮਰ ਗਿਆ। ਉਹਦੇ ਮਰਨ ਤੋਂ ਬਾਅਦ ਖਿਜਰ ਖਾਨ ਨੇ ਆਪਣੀਆਂ ਮਣਿਆਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਪਰਿਵਾਰ ਦੇ ਕੋਲ ਜਿਹੜਾ ਰਾਜ ਭਾਗ ਸੀ ਉਹਨੂੰ ਖੋਹ ਲਿਆ ਗਿਆ ਤੇ ਪੱਟੀ ਦਾ ਜਿਹੜਾ ਇਲਾਕਾ ਹੈ, ਬੜਾ ਮਸ਼ਹੂਰ ਹੈ ਇਲਾਕਾ ਪੱਟੀ ਦਾ, ਪੱਟੀ ਦੇ ਇਲਾਕੇ ਦੇ 20 ਪਿੰਡਾਂ ਦੀ ਸਪੁਰਦਗੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਜ਼ੁਰਗਾਂ ਨੂੰ ਦੇ ਦਿੱਤੀ ਗਈ। ਉਹ 20 ਪਿੰਡਾਂ ਦਾ ਮਾਲੀਆ ਇਕੱਠਾ ਕਰਨਾ ਹੁੰਦਾ ਸੀ ਤੇ ਉਹਨੂੰ ਤਾਰਨਾ ਹੁੰਦਾ ਸੀ। ਇੱਦਾਂ ਸਮਝ ਲਓ ਕਿ ਰਾਜ ਭਾਗ ਖੁੱਸਿਆ ਤੇ ਉਹਨਾਂ ਨੂੰ ਦੇ ਦਿੱਤੀ ਨੌਕਰੀ, ਜੌਬ ਦੇ ਦਿੱਤੀ, ਤੇ ਜੌਬ ਦੇ ਵਿੱਚ ਮਾਲਕ ਜੋ ਮਰਜ਼ੀ ਕਰਦਾ, ਜੌਬ ਤਾਂ ਜੌਬ ਹੁੰਦੀ ਹੈ। ਤੇ ਜਿਹੜਾ ਖਿਜਰ ਖਾਨ ਸੀ ਜਾਂ ਜਿਹੜੀ ਹਕੂਮਤ ਸੀ ਉਹਨੇ ਆਪਣੀਆਂ ਮਾਣਿਆਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮਹਿਤਾ ਕਲਿਆਣ ਦਾਸ ਜੀ ਦੇ ਪਿਤਾ ਜੀ ਚੜ੍ਹਾਈ ਕਰ ਚੁੱਕੇ ਸਨ, ਜਿੱਥੋਂ ਮੈਂ ਤੁਹਾਨੂੰ ਇੱਕ ਬੇਨਤੀ ਕਰਨ ਲੱਗਾ ਕਿਉਂਕਿ ਕਾਫੀ ਟਾਈਮ ਪਹਿਲਾਂ ਦੀ ਗੱਲ ਹੈ। ਨਿਊਯਾਰਕ ਮੈਨੂੰ ਇੱਕ ਵੀਰ ਨੇ ਸਵਾਲ ਕੀਤਾ ਸੀ ਕਿ ਜਿਹੜਾ ਰਾਏ ਭੋਏ ਦੀ ਤਲਵੰਡੀ ਪਿੰਡ ਹੈ, ਕੋਈ ਉਹਦੇ ਬਾਰੇ ਜਾਣਦੇ ਹੋ?
ਤੇ ਮੈਂ ਉਹਨੂੰ ਉਸ ਟਾਈਮ ਨਾ ਕੀਤੀ ਸੀ ਵੀ ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਵੀ ਕੌਣ ਹੈ, ਕਿੱਦਾਂ ਵਸਿਆ ਜਾਂ ਉੱਥੇ ਪਰਿਵਾਰ ਕਿੱਦਾਂ ਗਿਆ। ਪਰ ਅੱਜ ਮੇਰੇ ਕੋਲ ਸਬੂਤ ਆ ਗਏ ਨੇ, ਮੈਂ ਜਦੋਂ ਇਤਿਹਾਸ ਨੂੰ ਪੜ੍ਹਿਆ ਤੇ ਪਤਾ ਲੱਗਾ ਵੀ ਕਿਵੇਂ ਗੁਰੂ ਨਾਨਕ ਸਾਹਿਬ ਉੱਥੇ ਮੂਵ ਹੋਏ ਨੇ, ਪੱਠੇ ਪਿੰਡ ਲੁਹਾਰਾਂ ਤੋਂ ਉੱਥੇ ਗਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਤਾ ਮਹਿਤਾ ਕਲਿਆਣ ਦਾਸ ਜੀ, ਮਹਿਤਾ ਕਾਲੂ ਜੀ, ਜਦੋਂ ਮਾਲੀਆ ਤਾਲ ਵਾਸਤੇ ਲਾਹੌਰ ਜਾਇਆ ਕਰਦੇ ਸਨ ਤੇ ਰਾਏ ਭੋਏ ਤਲਵੰਡੀ ਦਾ ਜਿਹੜਾ ਹਾਕਮ ਹੈ ਰਾਏ ਭੋਏ, ਜਿਹਨੂੰ ਅਸੀਂ ਰਾਏ ਭੋਏ ਦੀ ਤਲਵੰਡੀ ਕਹਿੰਦੇ ਹਾਂ, ਇਹ ਰਾਏ ਭੋਏ ਤਲਵੰਡੀ ਦਾ ਹਾਕਮ ਸੀ ਜਿਹਨੇ ਇਸ ਪਿੰਡ ਨੂੰ ਵਸਾਇਆ ਹੋਇਆ ਸੀ। ਰਾਏ ਭੋਏ ਦਾ ਜਿਹੜਾ ਲੜਕਾ ਸੀ ਨਾ ਅਗਾਂਹ ਰਾਏ ਬੁਲਾਰ, ਉਹ ਵੀ ਕਈ ਵਾਰ ਲਾਹੌਰ ਆਇਆ ਕਰਦਾ ਸੀ। ਜਦੋਂ ਮਹਿਤਾ ਕਾਲੂ ਜੀ ਨੇ ਮਾਲੀਆ ਤਾਲਵਾ ਤੇ ਜਾਣਾ ਪੱਟੀ ਦੇ 20 ਪਿੰਡਾਂ ਦਾ ਤੇ ਆਪਸ ਵਿੱਚ ਕਈ ਵਾਰ ਉਹਨਾਂ ਦੀ ਗੱਲਬਾਤ ਹੋਣੀ, ਇੱਕ ਵਾਰ ਇੰਨੀ ਡੂੰਘੀ ਗੱਲਬਾਤ ਹੋਈ ਕਿ ਉਹਨਾਂ ਨੇ ਆਪਣਾ ਜੋ ਕੁਝ ਸੀ ਸਾਰਾ ਕੁਝ ਉਹਦੇ ਸਾਹਮਣੇ ਰੱਖ ਦਿੱਤਾ ਵੀ ਸਾਡੇ ਨਾਲ ਕੀ ਕੁਛ ਹੋਇਆ, ਪਹਿਲਾਂ ਰਾਜ ਭਾਗ ਦੇ ਮਾਲਕ ਸਾਂ, ਫਿਰ ਸਾਨੂੰ ਨੌਕਰ ਬਣਾ ਕੇ ਰੱਖ ਦਿੱਤਾ ਤੇ ਅੱਜ ਗੌਰਮੈਂਟ ਸਾਡੇ ਨਾਲ ਕੀ ਕੁਝ ਕਰ ਰਹੀ ਹੈ, ਇਹ ਹੁੰਦਾ ਹੈ ਭੜਿਓ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਅਸੀਂ ਵੀ ਤਾਂ ਕਿਸੇ ਟਾਈਮ ਰਾਜੇ ਸੀ, ਸਾਡੇ ਬਜ਼ੁਰਗ ਵੀ ਕਿਸੇ ਟਾਈਮ ਬਾਦਸ਼ਾਹ ਸੀ ਰਾਜੇ ਸਨ, ਪਰ ਜਦੋਂ ਗੌਰਮੈਂਟ ਨੇ ਸਾਨੂੰ ਆਪਣੇ ਹੱਥਾਂ ਵਿੱਚ ਲਿਆ ਤੇ ਸਾਨੂੰ ਉਹਨਾਂ ਨੇ ਕੱਖਾਂ ਧੌਲੇ ਕਰ ਦਿੱਤਾ, ਔਰ ਸਾਨੂੰ ਇੰਨਾ ਕੱਖਾਂ ਧੌਲੇ ਕੀਤਾ ਵੀ ਕੱਖ ਦੀ ਤਾਂ ਕੀਮਤ ਉਹ ਜਾਣਦੇ ਨੇ, ਸਿੱਖ ਦੀ ਕੋਈ ਕੀਮਤ ਨਹੀਂ ਉਹ ਕਰਦੇ, ਉਹਨਾਂ ਦੀ ਨਿਗਾਹ ਦੇ ਵਿੱਚ ਸਿੱਖ ਦੀ ਕੋਈ ਕੀਮਤ ਨਹੀਂ। ਕੱਖ ਨੂੰ ਚੱਕ ਕੇ ਗਲੀ ਚੋਂ ਕੱਖ ਨੂੰ ਚੱਕ ਕੇ ਤਾਂ ਉਹਨੂੰ ਸ਼ਾਹ ਬਣਾ ਦੇਣਗੇ, ਪਰ 1984 ਜਾਂ 47 ਜਾਂ 95 ਤੱਕ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਉਹ ਸਰਕਾਰ ਨੂੰ ਕੁਝ ਨਜ਼ਰ ਨਹੀਂ ਆਉਂਦਾ, ਉਹ ਕਹਿੰਦੇ ਭੇਡਾਂ ਬੱਕਰੀਆਂ ਸੀ, ਵੱਢੀਆਂ ਗਈਆਂ, ਗੱਲ ਖਤਮ। ਮੈਂ ਬੇਨਤੀ ਕਰ ਦਵਾਂ ਤੁਹਾਨੂੰ, ਇਹ ਰਾਜੇਸ਼ੀ ਮੁਕੱਦਮ ਕੁੱਤਿਆਂ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਜਿਹੜੀ ਕੀਤੀ ਸੀ ਅੱਜ ਢੁੱਕ ਰਹੀ ਹੈ। ਮੈਂ ਤਾਂ ਕਾਲੂ ਜੀ ਨੇ ਕਿਹਾ ਰਾਏ ਬੁਲਾਰ ਨੂੰ ਦੋਸਤੀ ਮਿੱਤਰ ਕਰਕੇ ਵੀ ਆਹ ਸਾਡੇ ਨਾਲ ਘਟਨਾ ਘਟੀ, ਰਾਏ ਬੁਲਾਰ ਦੀਆਂ ਅੱਖਾਂ 'ਚ ਪਾਣੀ ਆ ਗਿਆ, ਨਰਮ ਦਿਲ ਬੰਦਾ ਸੀ, ਗੁਰੂ ਨਾਨਕ ਸਾਹਿਬ ਦਾ ਆਸ਼ਕ ਸੀ ਰਾਏ ਬੁਲਾਰ। ਇਹਨੇ ਕਿਹਾ ਤੁਸੀਂ ਇੱਕ ਮੇਰੀ ਬੇਨਤੀ ਹੈ ਉਹਨੂੰ ਸਵੀਕਾਰ ਕਰ ਲਓ, ਮੈਂ ਤੁਹਾਨੂੰ ਵਧੀਆ ਤੋਂ ਵਧੀਆ ਜੋਬ ਦੇਵਾਂਗਾ, ਆਪਣਾ ਭਰਾ ਬਣਾ ਕੇ ਰੱਖਾਂਗਾ, ਤੁਸੀਂ ਲੁਹਾਰਾ ਪੱਠੇ ਪਿੰਡ ਤੋਂ ਮੂਹ ਹੋ ਕੇ ਮੇਰੇ ਪਿੰਡ ਆ ਜਾਓ, ਤਲਵੰਡੀ ਰਾਏ ਭੋਏ ਦੀ ਤਲਵੰਡੀ ਆ ਜਾਓ। ਹੁਣ ਜਿੱਥੋਂ ਜਾਂਦੇ ਨੇ ਉੱਠ ਕੇ ਰਾਏ ਬੁਲਾਰ ਜੀ ਦੇ ਕਹਿਣ ਦੇ ਉੱਤੇ ਮਹਿਤਾ ਕਾਲੂ ਜੀ ਘਰ ਆਏ, ਇਹਨਾਂ ਨੇ ਮਾਤਾ ਤ੍ਰਿਪਤਾ ਦੇ ਨਾਲ ਵਿਚਾਰ ਸਾਂਝੀ ਕੀਤੀ, ਆਪਣੇ ਬਜ਼ੁਰਗਾਂ ਨਾਲ ਵਿਚਾਰ ਸਾਂਝੀ ਕੀਤੀ ਵੀ ਏਦਾਂ ਇੱਕ ਆਪਸ਼ਨ ਸਾਡੇ ਕੋਲ ਹੈ ਕਿ ਅਸੀਂ ਮੰਨ ਲਈਏ, ਤੇ ਪਰਿਵਾਰ ਨੇ ਹਾਂ ਕਰ ਦਿੱਤੀ ਤੇ ਕਹਿੰਦੇ ਸਾਰਾ ਪਰਿਵਾਰ ਨੇ ਗੱਡਿਆਂ ਦੇ ਉੱਤੇ ਆਪਣਾ ਸਮਾਨ ਲੱਦਿਆ ਤੇ ਲੁਹਾਰਾਂ ਤਰਨ ਤਾਰਨ ਪਿੰਡ ਤੋਂ, ਜਿਹੜਾ ਤਰਨ ਤਾਰਨ ਦੇ ਇਲਾਕੇ ਵਿੱਚ ਪਿੰਡ ਹੈ, ਉੱਥੋਂ ਮੂਵ ਹੋ ਕੇ ਪੂਰਾ ਦਾ ਪੂਰਾ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਰਾਏ ਭੋਏ ਦੀ ਤਲਵੰਡੀ ਚਲਾ ਗਿਆ। ਹੁਣ ਇਹ ਉਹ ਰਾਏ ਭੋਏ ਦੀ ਤਲਵੰਡੀ ਹੈ ਜਿੱਥੇ ਜਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨ ਇਸ ਧਰਤੀ ਨੂੰ ਪਏ ਨੇ। 15 ਅਪ੍ਰੈਲ 1469 ਦਾ ਉਹ ਮਹਾਨ ਦਿਨ ਹੈ ਜਿਸ ਦਿਨ ਦੌਲਤਾਂ ਦਾਈ ਘਰ ਦੇ ਵਿੱਚ ਆਈ। ਇਹ ਮੈਂ ਥੋੜ੍ਹੀ ਜਿਹੀ ਤਾਂ ਤੁਹਾਨੂੰ ਬੇਨਤੀ ਕਰਕੇ ਚੱਲਿਆ ਕਿਉਂਕਿ ਆਮ ਇਹਨਾਂ ਗੱਲਾਂ ਦਾ ਪਤਾ ਨਹੀਂ ਹੈ ਸਾਨੂੰ, ਇਸ ਕਰਕੇ ਜੇ ਪਤਾ ਨਾ ਹੋਵੇ ਤੇ ਫਿਰ ਬੰਦਾ ਇੱਦਾਂ ਹੀ ਕੰਮ ਚਲਾਈ ਜਾਂਦਾ ਹੈ ਆਪਣਾ, ਜੇ ਪਤਾ ਲੱਗ ਜਾਏ ਤੇ ਬਹੁਤ ਵਧੀਆ ਗੱਲ ਹੁੰਦੀ। ਟਾਈਮ ਆਇਆ, ਕਹਿੰਦੇ ਨੇ ਘਰ ਦੇ ਵਿੱਚ ਭਾਗ ਲੱਗਣੇ ਨੇ, ਦੌਲਤਾਂ ਦਾਈ ਘਰ ਦੇ ਵਿੱਚ ਆਈ। ਜਨਰਲ ਸਾਖੀ ਦਾ ਕਰਤਾ ਲਿਖਦਾ ਕਿ ਇਹ ਦੌਲਤਾਂ ਦਾਈ ਨਾਮ ਦੀ ਦੌਲਤਾਂ ਨਹੀਂ ਸੀ, ਵਾਕਈ ਸੱਚੀ ਦੌਲਤ ਦੇ ਕੋਲ ਸੀ। ਅੱਜ ਘਰ ਦੇ ਵਿੱਚ ਦੌਲਤਾਂ ਦਾਈ ਆਈ, ਘਰ ਦੇ ਵਿੱਚ ਚਹਿਲ ਬਹਿਲ ਨੇ, ਮਹਿਕਾਂ ਨੇ, ਇੱਕ ਨਿੱਕੀ ਜਿਹੀ ਗੁੜੀਆ ਘਰ ਵਿੱਚ ਘੁੰਮ ਰਹੀ ਹੈ, ਬੜੇ ਪਿਆਰ ਦੇ ਨਾਲ ਆਵਾਜ਼ਾਂ ਦੇ ਰਹੀ ਹੈ, ਖੌਰੇ ਅੱਜ ਮੇਰੇ ਵੀਰੇ ਨੇ ਆਉਣਾ ਹੈ। ਉਸ ਨਿੱਕੀ ਜਿਹੀ ਗੁੜੀਆ ਦਾ ਨਾਮ 5 ਸਾਲ ਦੀ ਅਜੇ ਉਮਰ ਹੈ ਤੇ ਉਹਦਾ ਨਾਮ ਬੇਬੇ ਨਾਨਕੀ ਰੱਖਿਆ ਪਰਿਵਾਰ ਨੇ, ਕਿਉਂਕਿ ਨਾਨਕੇ ਪੈਦਾ ਹੋਈ ਸੀ, ਇਸ ਕਰਕੇ ਨਾਨਕੇ ਪੈਦਾ ਹੋਣ ਕਰਕੇ ਨਾਮ ਬੇਬੇ ਨਾਨਕੀ ਰੱਖ ਦਿੱਤਾ। ਔਰ ਸਿੱਖ ਧਰਮ ਦੇ ਵਿੱਚ ਅੱਜ ਸੀਸ ਝੁਕਾਉਂਦੇ ਅਸੀਂ ਉਹਨਾਂ ਦੇ ਮੂਹਰੇ। ਕਹਿੰਦੇ ਦੌਲਤਾਂ ਦਾਈ ਜਦੋਂ ਅੰਦਰ ਗਈ, ਰੱਬ ਦੀ ਕਿਰਪਾ ਹੋਈ, ਇੱਕ ਛੋਟਾ ਜਿਹਾ ਬੱਚਾ ਹੱਥਾਂ ਵਿੱਚ ਆਇਆ। ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਜਿਹਦੇ ਹੱਥਾਂ ਨੂੰ ਸਪਰਸ਼ਿਆ ਸੀ ਨਾ, ਉਸ ਔਰਤ ਦਾ ਨਾਮ ਸੀ ਬੀਬੀ ਦੌਲਤਾਂ ਦਾਈ, ਧਨ ਸੀ ਇਹ। ਹੱਥਾਂ ਦੇ ਵਿੱਚ ਆਇਆ, ਕਹਿੰਦੇ ਨੇ ਬੜੇ ਪਿਆਰ ਦੇ ਨਾਲ ਖੁਸ਼ੀ ਦੇ ਨਾਲ ਝੂਮਦੀ ਹੋਈ ਦੌਲਤਾਂ ਦਾਈ ਬਾਹਰ ਆਈ ਵਿਹੜੇ ਦੇ ਵਿੱਚ। ਮਹਿਤਾ ਕਾਲੂ ਨੂੰ ਦੌਲਤਾਂ ਦਾਈ ਨੇ ਆਵਾਜ਼ ਦਿੱਤੀ, ਵੇ ਮਹਿਤਾ ਕਾਲੂ ਉਹਨਾਂ ਆ ਮੇਰੀ ਗੱਲ ਸੁਣ, ਇੱਕ ਖੁਸ਼ੀ ਦਾ ਟਾਈਮ ਆਇਆ। ਮਹਿਤਾ ਕਾਲੂ ਸਮਝ ਗਏ। ਮਹਿਤਾ ਕਾਲੂ ਜੀ ਕਹਿੰਦੇ ਦੱਸ ਦੌਲਤਾਂ ਦਾਈ ਕੀ ਹੋਇਆ? ਉਹ ਕਹਿੰਦੀ ਤੇਰੇ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਹੈ। ਇਹ ਗੱਲ ਸੁਣਦਿਆਂ ਸਾਰ ਪਿਤਾ ਸੀ ਨਾ, ਮਹਿਤਾ ਕਾਲੂ ਜੀ ਆਪਣੇ ਕਮਰੇ ਵਿੱਚ ਗਏ ਨੇ, ਕਹਿੰਦੇ ਨੇ ਮੋਹਰਾਂ ਦਾ ਥਾਲ ਭਰਿਆ ਤੇ ਲੈ ਕੇ ਆਏ। ਅੱਜ ਦੌਲਤਾਂ ਦਾਈ ਨੂੰ ਕਹਿੰਦੇ ਨੇ ਕਰਮਾਂ ਵਾਲੀਏ, ਤੇਰੇ ਮੂੰਹ ਦੇ ਵਿੱਚ ਘਿਓ ਸ਼ੱਕਰ, ਤੂੰ ਮੈਨੂੰ ਇੰਨੀ ਵਧੀਆ ਖਬਰ ਸੁਣਾਈ, ਆਪਣੀ ਝੋਲੀ ਕਰ, ਮੈਂ ਤੇਰੀ ਝੋਲੀ ਮੋਹਰਾਂ ਦੇ ਨਾਲ ਭਰ ਦੇਣੀ ਚਾਹੁੰਦਾ। ਇੱਥੇ ਜਨਮ ਸਾਖੀ ਨੇ ਬੜੀ ਸੋਹਣੀ ਇੱਕ ਗੱਲ ਕੀ, ਕਹਿੰਦੇ ਨੇ ਦੌਲਤਾਂ ਦਾਈ ਨੇ ਝੋਲੀ ਨਹੀਂ ਕੀਤੀ, ਪਛਾਂ ਹੋ ਗਈ। ਵਿਦਵਾਨ ਸੱਜਣ ਨੇ ਸਵਾਲ ਕੀਤਾ, ਕਹਿੰਦਾ ਕਿਉਂ ਪਛਾਂ ਹੋਈ ਭਲਾ ਦੌਲਤਾਂ ਦਾਈ?
ਮੈਂ ਤਾਂ ਕਾਲੂ ਜੀ ਕਹਿਣ ਲੱਗੇ ਦੌਲਤਾਂ ਪਿਛਾਂਹ ਕਿਉਂ ਆ ਗਈ, ਇੱਕ ਇੱਕ ਮੋਹਰ ਦੇ ਪਿੱਛੇ ਤੂੰ ਲੜਾਈ ਕਰਦੀ ਹੈ, ਅੱਜ ਇੰਨੀਆਂ ਮੋਹਰਾਂ ਮੈਂ ਦੇਣ ਲੱਗਾ ਤੇ ਪਿਛਾਂਹ ਕਿਉਂ ਹਟ ਗਈ। ਉਹਨੇ ਕਿਹਾ ਵੇ ਕਾਲੂ ਮੈਂ ਰੱਜ ਗਈ, ਵੇ ਕਾਲੂ ਮੈਂ ਨਿਹਾਲ ਹੋ ਗਈ। ਉਹ ਉਹਨੇ ਕਿਹਾ ਵੀ ਕੀ ਹੋਇਆ ਕੀ? ਮੈਂ ਤਾਂ ਕਾਲੂ ਜੀ ਕਹਿਣ ਲੱਗੇ ਹੋਇਆ ਕੀ? ਦੌਲਤਾਂ ਦਾਈ ਕਹਿੰਦੀ ਇਸ ਹੱਥ ਵਿੱਚ ਸੈਂਕੜੇ ਬੱਚਿਆਂ ਨੇ ਜਨਮ ਲਿਆ ਹੈ, ਪਰ ਜਿੱਦਾਂ ਦਾ ਤੇਰਾ ਪੁੱਤ ਹੈ ਅੱਜ ਤੱਕ ਮੈਂ ਵੇਖਿਆ ਹੀ ਕੋਈ ਨਹੀਂ। ਜਦੋਂ ਇਹ ਜੰਮਿਆ ਤੇ ਅੱਖਾਂ ਦੇ ਨਾਲ ਅੱਖਾਂ ਪਾ ਕੇ ਅੱਖਾਂ 'ਚ ਅੱਖਾਂ ਪਾ ਕੇ ਦੇਖਦਾ ਸੀ, ਮੁਸਕਰਾਉਂਦਾ ਸੀ ਤੇ ਇੱਦਾਂ ਲੱਗਾ ਜਿਵੇਂ ਕੋਈ ਬਜ਼ੁਰਗ ਮੇਰੇ ਨਾਲ ਗੱਲਾਂ ਕਰ ਰਿਹਾ ਹੋਵੇ। ਇੱਕ ਵਾਰੀ ਕਹਿ ਦਿਓ ਧੰਨ ਗੁਰੂ ਨਾਨਕ, ਉੱਚੀ ਆਵਾਜ਼ 'ਚ ਬੋਲਿਆ ਕਰੋ ਜੀ ਧੰਨ ਗੁਰੂ। ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਨ ਕੱਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਨਾਮ ਨਾਨਕ ਰੱਖਿਆ ਗਿਆ, ਟਾਈਮ ਆਇਆ ਗੁਰੂ ਨਾਨਕ ਸਾਹਿਬ ਜੀ ਵੱਡੇ ਹੋਏ ਨੇ, ਦੂਜੇ ਬੱਚਿਆਂ ਦੀ ਤਰ੍ਹਾਂ ਖੇਡਦੇ ਨਹੀਂ, ਸਾਰਿਆਂ ਤੋਂ ਵੱਖਰੇ ਨਰਾਲੇ ਰਹਿੰਦੇ ਨੇ, ਬਜ਼ੁਰਗਾਂ ਦੀ ਤਰ੍ਹਾਂ ਗੱਲਾਂ ਕਰਦੇ ਨੇ। ਬੇਬੇ ਨਾਨਕੀ ਜੀ ਦਾ ਵਿਆਹ ਪੜਾ ਦਿੱਤਾ ਗਿਆ, ਸੁਲਤਾਨਪੁਰ ਦੀ ਧਰਤੀ ਤੇ ਬੇਬੇ ਨਾਨਕੀ ਜੀ ਚਲੇ ਗਏ। ਪਹਿਲੀ ਵਾਰ ਭਰਾ ਗੁਰੂ ਨਾਨਕ ਸਾਹਿਬ ਬੇਬੇ ਨਾਨਕੀ ਨੂੰ ਲੈਣ ਵਾਸਤੇ ਗਏ, ਭਰਾ ਸਨ ਲੈਣ ਵਾਸਤੇ ਗਏ। ਇਹ ਬੀਬੀਆਂ ਵਾਸਤੇ ਫਖਰਯੋਗ ਕਰਨ ਵਾਸਤੇ ਗੱਲ ਹੈ ਜਿਹੜੀ ਮੈਂ ਤੁਹਾਨੂੰ ਸੁਣਾਉਣ ਲੱਗਾ। ਪ੍ਰਿੰਸੀਪਲ ਸੁਖਬੀਰ ਸਿੰਘ ਉਹਨਾਂ ਨੇ ਲਿਖਿਆ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਗਏ ਨਾ ਜਾ ਕੇ ਦਰਵਾਜ਼ਾ ਖੜਕਾਇਆ ਉਹਨਾਂ ਨੇ, ਖੱਟ ਖੱਟ ਦਾ ਆਵਾਜ਼ ਆਈ। ਬੇਬੇ ਨਾਨਕੀ ਨੂੰ ਪਤਾ ਸੀ ਮੇਰਾ ਭਰਾ ਆਉਣ ਵਾਲਾ ਹੈ, ਕਹਿੰਦੇ ਦਰਵਾਜ਼ਾ ਖੋਲ੍ਹਿਆ। ਖੋਲ੍ਹਦਿਆਂ ਸਾਰ ਦਰਵਾਜ਼ਾ ਬੇਬੇ ਨਾਨਕੀ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਛਾਂਹ ਹਟ ਗਏ, ਮੋਢਿਆਂ ਤੋਂ ਫੜਿਆ ਆਪਣੀ ਭੈਣ ਨੂੰ ਤੇ ਗਲੇ ਨਾਲ ਲਾ ਕੇ ਕਹਿੰਦੇ ਨੇ ਮੇਰੀ ਭੈਣ ਉਮਰ ਦੇ ਵਿੱਚ ਤੂੰ ਵੱਡੀ ਹੈ, ਮੈਂ ਛੋਟਾ, ਤੇ ਮੇਰਾ ਹੱਕ ਬਣਦਾ ਮੈਂ ਤੇਰੇ ਚਰਨਾਂ ਨੂੰ ਹੱਥ ਲਾਵਾਂ। ਤੇ ਬੇਬੇ ਨਾਨਕੀ ਹੱਥ ਜੋੜ ਕੇ ਪਛਾਂਹ ਕੇ ਕਹਿੰਦੀ ਵੇ ਵੀਰਾ, ਮੈਂ ਤੈਨੂੰ ਇਕੱਲਾ ਭਰਾ ਨਹੀਂ ਖੁਦਾਏ ਦਾ ਰੂਪ ਜਾਣਿਆ, ਤੈਨੂੰ ਮੈਂ ਤਾਂ ਤੈਨੂੰ ਖੁਦਾਏ ਦਾ ਰੂਪ ਜਾਣਿਆ, ਤੇ ਖੁਦਾ ਦਾ ਰੂਪ ਜਾਣਨ ਕਰਕੇ ਉਮਰ ਚੋਂ ਭਾਵੇਂ 5 ਸਾਲ ਤੂੰ ਛੋਟਾ ਮੈਥੋਂ, ਪਰ ਖੁਦਾ ਦਾ ਰੂਪ ਜਾਣ ਕੇ ਮੇਰਾ ਸੀਸ ਤੇਰੇ ਪਾਵਨ ਚਰਨਾਂ ਵਿੱਚ ਝੁਕਦਾ ਹੈ। ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਔਰਤ ਜ਼ਿਆਦਾ ਇੰਨਾ ਸਤਿਕਾਰ ਇੰਨੀ ਰਿਸਪੈਕਟ ਕਰਦੇ ਸਨ ਕਿ ਭਾਈ ਕਾਹਨ ਸਿੰਘ ਨਾਭਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਸਭ ਤੋਂ ਪਹਿਲੀ ਜੇਕਰ ਕੋਈ ਸਿੱਖ ਸੀ ਤੇ ਉਹ ਔਰਤ ਸੀ ਬੇਬੇ ਨਾਨਕੀ। ਇੰਨੀ ਰਿਸਪੈਕਟ ਗੁਰੂ ਨਾਨਕ ਸਾਹਿਬ ਨੇ ਕੀਤੀ। ਸਮਾਂ ਗਾਂ ਗੁਜ਼ਰਿਆ, ਅੱਜ ਮੈਂ ਕੁਛ ਉਹ ਘਟਨਾਵਾਂ ਆਪ ਜੀ ਨਾਲ ਸ਼ੇਅਰ ਕਰਨੀਆਂ ਚਾਹੁੰਦਾ ਜਿਹੜੀਆਂ ਸੁਣੀਆਂ ਸੁਣਾਈਆਂ ਨਹੀਂ ਗਈਆਂ। ਸਮਾਂ ਗੁਜ਼ਰਿਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਮੂਹਰੇ ਸਾਰਾ ਸੰਸਾਰ ਹੈ। ਯਾਦ ਰੱਖਿਓ ਗੁਰੂ ਨਾਨਕ ਸਾਹਿਬ ਦੀ ਸੁਰਤ ਉੱਚੀ ਹੈ, ਜਿਹੜੇ ਬੰਦੇ ਦੀ ਸੁਰਤ ਉੱਚੀ ਹੋਵੇ ਨਾ ਸਰਬੱਤ ਦਾ ਭਲਾ ਹੀ ਉਹੀ ਲੋੜਦਾ ਹੈ। ਇਸ ਕਰਕੇ ਸਾਡੀ ਰੋਜ਼ ਸੁਰਤ ਉੱਚੀ ਕਰਨ ਵਾਸਤੇ ਜਦੋਂ ਅਰਦਾਸ ਹੁੰਦੀ ਹੈ ਤੇ ਅਸੀਂ ਅਸੀਂ ਆਪਣਾ ਗ੍ਰਾਫ ਉੱਚਾ ਕਰ ਲਈਏ, ਲੈਵਲ ਸਾਡਾ ਉੱਚਾ ਹੋ ਜਾਏ, ਅਸੀਂ ਰੋਜ਼ ਇਹ ਸ਼ਬਦ ਪੜ੍ਹਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹਦੇ ਵਿੱਚ 4 ਗੱਲਾਂ ਮੰਗੀਆਂ ਗਈਆਂ ਨੇ। ਸਿੱਖ ਰੋਜ਼ ਕਹਿੰਦਾ ਹੈ ਮੈਨੂੰ ਤੇਰਾ ਨਾਮ ਮਿਲੇ ਨਾਨਕ ਨਾਮ, ਚੜ੍ਹਦੀ ਕਲਾ ਵਾਲਾ ਮੇਰਾ ਜੀਵਨ ਬਣ ਜਾਏ, ਮੈਂ ਕਦੇ ਡੋਲਾਂ ਨਾ, ਤੇਰੇ ਭਾਣੇ ਵਿੱਚ ਹਰ ਵਕਤ ਰਵਾਂ, ਖੁਸ਼ੀ ਗਮੀ ਕਿਤੇ ਵੀ ਕਦੇ ਵੀ ਡੋਲਾਂ ਨਾ, ਤੇਰਾ ਭਾਣਾ ਮੰਨਾ। ਅਖੀਰ 'ਚ ਕਹਿੰਦਾ ਮੈਂ ਆਪਣੇ ਪਰਿਵਾਰ ਦਾ ਭਲਾ ਮੰਨਣ ਦੀ ਬਜਾਏ ਦੁਨੀਆਂ ਦਾ ਭਲਾ ਮੰਨਾ, ਕੋਈ ਕਾਲਾ ਹੈ, ਕੋਈ ਗੋਰਾ ਹੈ, ਕੋਈ ਨੀਲਾ ਹੈ, ਕੋਈ ਪੀਲਾ ਹੈ, ਕੋਈ ਅਮੀਰ ਹੈ, ਕੋਈ ਗਰੀਬ ਹੈ, ਮੈਂ ਸਾਰਿਆਂ ਦੇ ਹੱਥ ਜੋੜ ਕੇ ਰੱਬ ਦੇ ਕੋਲੋਂ ਮੰਗਾਂ ਭਲਾ, ਮਾਲਕ ਸਭ ਦਾ ਭਲਾ ਕਰੀ। ਗੁਰੂ ਨਾਨਕ ਸਾਹਿਬ ਨੇ ਭਲਾ ਮੰਗਿਆ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੂੰ ਨਜ਼ਰ ਆਇਆ, ਬਾਬਾ ਦੇਖਿਆ ਧਿਆਨ ਧਰ, ਜਲਤੀ ਸਾ ਪ੍ਰਿਥਵੀ ਦਸਿਆਈ, ਬਾਝੋ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚੜਾਈ, ਚੜਿਆ ਸੋਧਣ ਧਰਤ ਲੁਕਾਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਦਾਸੀਆਂ ਸ਼ੁਰੂ ਕੀਤੀਆਂ ਨੇ, ਉਹਨਾਂ ਵਿੱਚੋਂ ਇੱਕ ਮੈਂ ਘਟਨਾ ਪੜ੍ਹੀ, ਇੱਕ ਵਿਦਵਾਨ ਸੱਜਣ ਦੀ, ਸਰਦਾਰ ਊਧਮ ਸਿੰਘ ਨੇ, ਗਿਆਨੀ ਊਧਮ ਸਿੰਘ, ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਫਰੀਕਾ ਵਿੱਚ ਵੀ ਗਏ ਨੇ। ਉਹਨਾਂ ਨੇ 2 ਗੁਰਦੁਆਰਿਆਂ ਦਾ ਜ਼ਿਕਰ ਕੀਤਾ ਕਿ ਅਫਰੀਕਾ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਮ ਦੇ 2 ਗੁਰਧਾਮ ਨੇ, 2 ਗੁਰਦੁਆਰੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਉਹਨਾਂ ਨੇ ਜਦੋਂ ਹਿਸਟਰੀ ਲਿਖੀ ਤਾਂ ਗੁਰੂ ਨਾਨਕ ਜੀਵਨ ਇੱਕ ਨਵੀਂ ਸੋਚ ਉਹਨਾਂ ਦੀ ਕਿਤਾਬ ਹੈ, ਤੁਸੀਂ ਪੜ੍ਹ ਵੀ ਸਕਦੇ ਹੋ ਕਿਉਂਕਿ ਤੁਹਾਡੀ ਲਾਇਬ੍ਰੇਰੀ ਦੇ ਵਿੱਚੋਂ ਮੈਂ ਲਈ ਆ, ਕਿਤੇ ਪੜ੍ਹੀ ਹੋਊਗੀ ਕਿਸੇ ਗੁਰਮੁਖ ਪਿਆਰੇ ਨੇ। ਉਹ ਜ਼ਿਕਰ ਕਰਦੇ ਕਹਿੰਦੇ 1957 ਦੇ ਵਿੱਚ ਸ਼੍ਰੀ ਗੁਰੂ ਸਿੰਘ ਸਭਾ ਨਰੋਬੀ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ ਮੈਨੂੰ ਇਨਵਾਈਟ ਕੀਤਾ ਤੇ ਮੈਂ ਅਫਰੀਕਾ ਪਹੁੰਚਿਆ। ਜਦੋਂ ਮੈਂ ਉੱਥੇ ਗਿਆ ਤੇ ਮੈਨੂੰ ਉੱਡਦੀ ਉੱਡਦੀ ਗੱਲ ਪਤਾ ਲੱਗੀ ਵੀ ਗੁਰੂ ਨਾਨਕ ਸਾਹਿਬ ਇੱਥੇ ਆਏ ਨੇ ਤੇ 2 ਅਸਥਾਨ ਨੇ ਗੁਰੂ ਨਾਨਕ ਸਾਹਿਬ ਦੇ। ਉਹਨਾਂ ਵਿੱਚੋਂ ਉਹਨਾਂ ਨੇ ਇੱਕ ਦਾ ਜ਼ਿਕਰ ਕਰਨ ਲੱਗਿਆਂ ਕਿਹਾ ਵੀ ਮੈਨੂੰ ਗੁਰਦੁਆਰੇ ਦਾ ਨਾਮ ਚੇਤਾ ਨਹੀਂ ਕਿਹੜਾ ਹੈ, ਇੱਕ ਦਾ ਉਹ ਜ਼ਿਕਰ ਖੁੱਲ੍ਹ ਕੇ ਕਰਦੇ ਨੇ। ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਮ ਉੱਤੇ ਇੱਕ ਪਿੰਡ ਵਸਿਆ ਹੈ ਉੱਥੇ, ਜਿਹਦਾ ਨਾਮ ਹੈ ਬਾਬ ਨਾਨਕਾ। ਬਾਬ ਨਾਨਕਾ ਸ਼ਬਦ ਵਰਤੇ ਨੇ ਉਹਨਾਂ ਨੇ। ਇਹ ਜਿੱਥੋਂ ਤੱਕ ਸੋਚੀਏ ਵਿਦਵਾਨ ਸੱਜਣਾਂ ਦੇ ਕਹਿਣ ਮੁਤਾਬਕ
ਇਹ ਮੇਰੇ ਖਿਆਲ ਦੇ ਵਿੱਚ ਪਹਿਲਾਂ ਬਾਬਾ ਨਾਨਕ ਜਾਂ ਨਾਨਕਾ ਹੋਵੇਗਾ, ਬਾਅਦ ਵਿੱਚ ਹੌਲੀ ਹੌਲੀ ਵਿਗੜਦਾ ਵਿਗੜਦਾ ਬਾਬ ਨਾਨਕਾ ਬਣ ਗਿਆ। ਵਿਕਟੋਰੀਆ ਝੀਲ ਹੈ ਉੱਥੇ ਇੱਕ, ਕਹਿੰਦੇ ਵਿਕਟੋਰੀਆ ਝੀਲ ਦੇ ਲਾਗੇ ਉਹਨਾਂ ਸ਼ਹਿਰ ਦਾ ਨਾਮ ਵੀ ਦੱਸਿਆ ਹੈ, ਇਨਸਾਨੀ ਮਾਤਾ ਨਾਮ ਮੈਨੂੰ ਵਿਸਰ ਗਿਆ, ਭੁੱਲ ਗਿਆ। ਉਹ ਵਿਕਟੋਰੀਆ ਝੀਲ ਦੇ ਕੋਲ ਬਾਬ ਨਾਨਕਾ ਪਿੰਡ ਹੈ। ਕਹਿੰਦੇ ਜਦੋਂ ਅਸੀਂ ਉੱਥੇ ਪਹੁੰਚੇ ਨਾ ਗੁਰਮੁਖਾਂ ਦੇ ਨਾਲ, ਉੱਥੇ ਇੱਕ ਹਬਸ਼ੀ ਬਜ਼ੁਰਗ ਬੈਠਾ ਸੀ। ਉਹਨੂੰ ਅਸੀਂ ਜਦੋਂ ਹਿਸਟਰੀ ਪੁੱਛੀ ਵੀ ਇਸ ਪਿੰਡ ਦੀ ਹਿਸਟਰੀ ਥੋੜ੍ਹੀ ਬਹੁਤੀ ਸਾਨੂੰ ਦੱਸ, ਤੁਹਾਡੇ ਵਾਸਤੇ ਫਖਰ ਕਰਨ ਯੋਗ ਗੱਲ ਹੈ। ਕਹਿੰਦੇ ਨੇ ਜਦੋਂ ਉਸ ਬਜ਼ੁਰਗ ਦੇ ਕੋਲ ਅਸੀਂ ਗਏ ਜਾ ਕੇ ਪੁੱਛਿਆ ਵੀ ਕੋਈ ਹਿਸਟਰੀ ਦਾ ਪਤਾ ਤੈਨੂੰ ਇਸ ਦਾ, ਤੇ ਉਹਨੇ ਕਿਹਾ ਜੀ ਅੱਜ ਤੋਂ ਤਕਰੀਬਨ 500 ਸਾਲ ਪਹਿਲਾਂ ਇੱਕ ਹਿੰਦੁਸਤਾਨੀ ਰਹਿਬਰ ਇੱਥੇ ਆਇਆ ਸੀ, ਇੱਕ ਮਹਾਤਮਾ ਆਇਆ ਸੀ ਇੱਥੇ, ਤੇ ਉਸ ਮਹਾਤਮਾ ਨੇ ਜਦੋਂ ਇੱਥੇ ਆਪਣੇ ਚਰਨ ਪਾਏ ਨਾ, ਤੇ ਆਸੇ ਪਾਸੇ ਦੇ ਬਹੁਤ ਲੋਕ ਉਹਨਾਂ ਦੀਆਂ ਵਿਚਾਰਾਂ ਸੁਣ ਕੇ ਗੁਰੂ ਨਾਨਕ ਸਾਹਿਬ ਦੇ ਕੋਲ ਆ ਕੇ ਬਹਿ ਗਏ। ਇੱਕ ਗੱਲ ਨੋਟ ਕਰਿਓ, ਗੁਰੂ ਨਾਨਕ ਸਾਹਿਬ ਨੇ ਉਹਨਾਂ ਦੀ ਜ਼ੁਬਾਨ ਵਿੱਚ ਉਹਨਾਂ ਨੂੰ ਉਪਦੇਸ਼ ਦਿੱਤਾ ਹੋਵੇਗਾ, ਨਾ ਕਿ ਪੰਜਾਬੀ ਦੇ ਵਿੱਚ, ਉਹਨਾਂ ਦੀ ਜ਼ੁਬਾਨ ਵਿੱਚ ਉਹਨਾਂ ਨੂੰ ਉਪਦੇਸ਼ ਦਿੱਤਾ ਹੋਵੇਗਾ। ਮੈਂ ਕਈ ਵਾਰ ਪੜ੍ਹਦਾ ਹੈ ਵੀ ਡਾਕਟਰ ਗੰਡਾ ਸਿੰਘ ਦੇ ਬਾਰੇ ਕਿਹਾ ਜਾਂਦਾ ਵੀ ਜਿੱਥੇ ਜਾਂਦੇ ਸਨ ਤੇ 24-25 ਦਿਨਾਂ ਦੇ ਵਿੱਚ ਉਹ ਦੂਜੇ ਦੇਸ਼ ਦੀ ਭਾਸ਼ਾ ਸਮਝ ਜਾਂਦੇ ਸੀ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਜਾਂਦੇ ਸੀ ਉਹਨਾਂ ਦੀ ਭਾਸ਼ਾ ਪਹਿਲਾਂ ਹੀ ਪਤਾ ਹੁੰਦੀ ਸੀ। ਜਦੋਂ ਉੱਥੇ ਗਏ ਨੇ ਤਾਂ ਜਿਹੜੇ ਉਹ ਹਬਸ਼ੀ ਲੋਕ ਸਨ ਉਹਨਾਂ ਦੇ ਵਿੱਚ ਬੈਠੇ, ਉਹਨਾਂ ਨੂੰ ਸਤ ਗਿਆਨ ਦਿੱਤਾ। ਉੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਉਹਨਾਂ ਨੇ ਬੇਨਤੀ ਕੀਤੀ ਵੀ ਇੱਥੇ ਨਾ ਪਾਣੀ ਦੀ ਬੜੀ ਥੋੜ੍ਹਾ ਹੈ, ਮੈਂ ਇਹਨੂੰ ਕਿਸੇ ਕਰਾਮਾਤੀ ਢੰਗ ਨਾਲ ਸਾਖੀ ਨੂੰ ਤਿਆਰ ਕੀਤਾ ਹੋਇਆ ਨਹੀਂ ਮੰਨਦਾ, ਨਾ ਮੈਂ ਕਹਿੰਦਾ ਵੀ ਕੋਈ ਕਰਾਮਾਤ ਨੂੰ ਅਸੀਂ ਮੂਹਰੇ ਰੱਖ ਕੇ ਗੁਰੂ ਨਾਨਕ ਸਾਹਿਬ ਦੀ ਘਟਨਾ ਨੂੰ ਪਿੱਛੇ ਰੱਖ ਦਈਏ। ਕਹਿੰਦੇ ਉਹਨਾਂ ਨੇ ਕਿਹਾ ਵੀ ਇੱਥੇ ਪਾਣੀ ਦੀ ਬੜੀ ਥੋੜ੍ਹ ਹੈ। ਗੁਰੂ ਨਾਨਕ ਸਾਹਿਬ ਅਫਰੀਕਾ ਦੀ ਘਟਨਾ, ਗੁਰੂ ਨਾਨਕ ਸਾਹਿਬ ਦੇ ਹੱਥ ਵਿੱਚ ਇੱਕ ਵਰਸ਼ਾ ਸੀ ਉਸ ਟਾਈਮ, ਭਾਈ ਮਰਦਾਨਾ ਨਾਲ ਨੇ, ਗੁਰੂ ਨਾਨਕ ਸਾਹਿਬ ਜੀ ਉੱਠੇ ਨੇ। ਕਹਿੰਦੇ ਆਸੇ ਪਾਸੇ ਬਾਬੇ ਨਾਨਕ ਨੇ ਝਾਤ ਮਾਰ ਕੇ ਵੇਖਿਆ ਵੀ ਪਾਣੀ ਤਾਂ ਹੈ ਲੇਕਿਨ ਇਹਨਾਂ ਲੋਕਾਂ ਨੂੰ ਪਤਾ ਨਹੀਂ, ਪਾਣੀ ਤਾਂ ਹੈ ਪਰ ਇਹਨਾਂ ਲੋਕਾਂ ਨੂੰ ਪਤਾ ਨਹੀਂ। ਗੁਰੂ ਨਾਨਕ ਸਾਹਿਬ ਨੇ ਵਰਸ਼ਾ ਪਕੜਿਆ, ਥੋੜ੍ਹਾ ਜਿਹਾ ਦੂਰ ਜਾ ਕੇ ਲੋਕਾਂ ਤੋਂ ਜ਼ਮੀਨ ਦੇ ਵਿੱਚ ਵਰਸ਼ਾ ਮਾਰਨਾ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕਰ ਦਿੱਤਾ। ਵਰਸ਼ਾ ਮਾਰਦੇ ਗਏ, ਮਾਰਦਿਆਂ ਮਾਰਦਿਆਂ ਵਰਸ਼ਿਆ, ਯਕਦਮ ਪਾਣੀ ਧਰਤੀ ਵਿੱਚੋਂ ਨਿਕਲਿਆ। ਉਹ ਜਿਹੜਾ ਪਾਣੀ ਨਿਕਲਿਆ ਇੰਨਾ ਵਧੀਆ ਪਾਣੀ ਸੀ, ਇੰਨਾ ਸਾਫ਼ ਪਾਣੀ ਸੀ ਕਿ ਸਾਰਿਆਂ ਲੋਕਾਂ ਨੇ ਪੀਤਾ, ਤੇ ਅੱਜ ਤੱਕ ਉਹਦੇ ਬਾਰੇ ਗਿਆਨੀ ਊਧਮ ਸਿੰਘ ਨੇ ਲਿਖਿਆ ਮੈਂ ਅਫਰੀਕਾ ਨਹੀਂ ਗਿਆ। ਅੱਜ ਤੱਕ ਕਹਿੰਦੇ ਨੇ ਉਹ ਜਿਹੜਾ ਝਰਨਾ ਜਾਂ ਉਹ ਜਿਹੜਾ ਕ੍ਰਿਸ਼ਮਾ ਗੁਰੂ ਨਾਨਕ ਸਾਹਿਬ ਦਾ ਅੱਜ ਮਸ਼ਹੂਰ ਹੈ, ਲੋਕ ਉੱਥੋਂ ਪਾਣੀ ਪੀਂਦੇ ਨੇ, ਬਾਬ ਨਾਨਕਾ ਉਹਦਾ ਨਾਮ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਲੋਕਾਂ ਨੂੰ ਸਮਝਾਇਆ। ਚੱਲਦਿਆਂ ਚੱਲਦਿਆਂ ਗੁਰੂ ਨਾਨਕ ਸਾਹਿਬ ਜੀ ਅਗਾਂਹ ਚਲੇ ਗਏ, ਇੱਕ ਜੰਗਲ ਹੈ ਬੜਾ ਵੱਡਾ, ਉੱਥੋਂ ਕਈ ਮੀਲਾਂ ਤੱਕ ਜਿੱਥੇ ਇਹਦੀ ਇਹ ਘਟਨਾ ਹੈ, ਉੱਥੇ ਗੁਰੂ ਨਾਨਕ ਸਾਹਿਬ ਜੀ ਜਦੋਂ ਤੁਰੇ ਜਾਣ, ਜੰਗਲੀ ਲੋਕ ਹੈ ਉੱਥੋਂ ਦੇ ਜਿਹਨੇ ਜੰਗਲਾਂ ਵਿੱਚ ਰਹਿਣ ਕਰਕੇ ਪਸ਼ੂਆਂ ਨੂੰ ਮਾਰ ਕੇ ਖਾ ਜਾਣਾ ਜਾਂ ਬੰਦੇ ਵੀ ਮਿਲ ਜਾਣੇ ਤੇ ਖਾ ਜਾਣੇ, ਔਰ ਇੱਦਾਂ ਦੇ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਨੇ ਸਤ ਗਿਆਨ ਨਾਲ ਜੋੜਨਾ ਸੀ। ਕਹਿੰਦੇ ਬਹੁਤ ਸਾਰਾ ਵੱਡਾ ਇੱਕ ਟੋਲਾ ਗੁਰੂ ਨਾਨਕ ਸਾਹਿਬ ਨੂੰ ਰਸਤੇ 'ਚ ਮਿਲਿਆ। ਉਹ ਲੋਕ ਤੜਪ ਰਹੇ ਸਨ ਪਾਣੀ ਤੋਂ ਵੀ ਸਾਨੂੰ ਪਾਣੀ ਮਿਲ ਜਾਏ, ਘੁੱਟ ਪਾਣੀ ਦਾ ਪੀ ਲਈਏ, ਕਿਉਂਕਿ ਜਦੋਂ ਮੀਂਹ ਪੈਣਾ ਤੇ ਨਦੀਆਂ ਨਾਲਿਆਂ ਦੇ ਵਿੱਚ ਟੋਭਿਆਂ 'ਚ ਪਾਣੀ ਜਮ੍ਹਾਂ ਆਉਣਾ, ਉਹਨਾਂ ਲੋਕਾਂ ਨੇ ਵਿਚਾਰਿਆਂ ਨੇ ਪੀ ਲੈਣਾ, ਜਦੋਂ ਪਾਣੀ ਖਤਮ ਹੋ ਜਾਣਾ ਤੇ ਉਹ ਤੜਪਣੇ ਲੋਕ ਸ਼ੁਰੂ ਹੋ ਜਾਂਦੇ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਲੋਕ ਮਿਲੇ, ਕਹਿੰਦੇ ਨੇ ਕੋਈ ਇੱਦਾਂ ਦਾ ਰਸਤਾ ਦੱਸ ਦਿਓ ਵੀ ਸਾਨੂੰ ਪਾਣੀ ਮਿਲ ਜਾਏ। ਜਿੱਥੋਂ ਦੀ ਮੈਂ ਤੁਹਾਨੂੰ ਬੇਨਤੀ ਕਰਨ ਲੱਗਾ ਸਪੈਸ਼ਲੀ ਤੌਰ 'ਤੇ, ਗੁਰੂ ਨਾਨਕ ਸਾਹਿਬ ਨੇ ਕੁਦਰਤ ਦਾ ਜ਼ਿਕਰ ਕੀਤਾ ਨਾ, ਕੁਦਰਤ ਸੁਣੀ ਹੈ, ਕੁਦਰਤ ਦਿਸੈ, ਕੁਦਰਤ ਸੁਣੀ ਹੈ, ਕੁਦਰਤ ਭਾਵੋ ਸੁੱਖ ਸਾਰ। ਕੁਦਰਤ ਦਾ ਆਖਰੀ ਅਰਥ ਹੁੰਦਾ ਤਾਕਤ। ਜਪੁਜੀ ਸਾਹਿਬ ਵਿੱਚ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਵੀ ਇਹ ਅਕਾਲ ਪੁਰਖ ਵਾਹਿਗੁਰੂ ਤੇਰੀ ਕੁਦਰਤ ਬਾਰੇ ਮੈਂ ਕੀ ਕਹਿ ਸਕਦਾ, ਕੁਦਰਤ ਤਾਕਤ ਰੱਬ ਦੀ। ਰੱਬ ਦੀ ਕੁਦਰਤ ਨੇ ਜਦੋਂ ਇਨਸਾਨ ਪੈਦਾ ਕੀਤਾ ਤੇ ਕੁਦਰਤ ਨੇ ਬੰਦੇ ਨੂੰ ਭੁੱਖਾ ਨਹੀਂ ਮਰਨ ਦਿੱਤਾ, ਕੁਦਰਤ ਨੇ ਬੰਦੇ ਨੂੰ ਭੁੱਖਾ ਨਹੀਂ ਮਰਨ ਦਿੱਤਾ। ਜਿੱਥੇ ਵੀ ਇਨਸਾਨ ਹੈ ਸਭ ਕੁਛ ਬਹੁਤ ਤੋਂ ਬਹੁਤ ਪਾਇਆ, ਬਹੁਤ ਜ਼ਿਆਦਾ ਰਿਜਕ ਪੈਦਾ ਕੀਤਾ, ਪਰ ਕਈ ਵਾਰ ਇੱਦਾਂ ਹੁੰਦਾ ਸਾਨੂੰ ਦਿਸਦਾ ਨਹੀਂ ਹੈ, ਸਾਡੀਆਂ ਅੱਖਾਂ ਦੇ ਮੂਹਰੇ ਹੁੰਦਾ ਸਾਨੂੰ ਦਿਸਦਾ ਨਹੀਂ। ਉੱਥੇ ਮੈਂ ਇੱਕ ਨੋਟ ਕੀਤਾ, ਇੱਕ ਪਲੈਵਰ ਪਾਮ ਨਾਮ ਦਾ ਦਰਖਤ ਹੈ, ਮੈਨੂੰ ਯਾਦ ਨਹੀਂ ਸੀ, ਭੁੱਲੀ ਜਾਂਦਾ ਸੀ, ਨੋਟ ਕਰਨਾ ਪਿਆ। ਗੁਰੂ ਨਾਨਕ ਸਾਹਿਬ ਜਿੱਥੇ ਖੜੇ ਸਨ ਨਾ ਉੱਥੇ ਜੰਗਲ ਦੇ ਵਿੱਚ ਇਹ ਦਰਖਤ ਉੱਥੇ ਮੌਜੂਦ ਸੀ। ਬਾਬੇ ਨਾਨਕ ਨੇ ਕਿਹਾ ਕਮਲਿਓ ਤੁਹਾਨੂੰ ਪਾਣੀ ਤੋਂ ਭੁੱਖੇ ਮਰਨ ਦੀ ਜ਼ਰੂਰਤ ਨਹੀਂ, ਪਰਮਾਤਮਾ ਨੇ ਦਰਖਤ ਹੀ ਇੰਨੇ ਪੈਦਾ ਕੀਤੇ ਨੇ ਇਸ ਜੰਗਲ ਦੇ ਵਿੱਚ ਕਿ ਜਦੋਂ ਤੁਸੀਂ ਉਹਦੇ ਵਿੱਚ ਕੋਈ ਛੁਰਾ ਕੋਈ ਵਰਸ਼ਾ ਤਿੱਖੀ ਚੀਜ਼ ਮਾਰਦੇ ਹੋ ਤੇ 4-5 ਗਲਾਸ ਨੋਰਮਲ ਉਹ ਦਰਖਤ ਪਾਣੀ ਬਾਹਰ ਕੱਢ ਦਿੰਦਾ। ਇਹ ਕੋਈ ਅਣਮਿੱਥੀ ਗੱਲ ਨਹੀਂ ਹੈ। ਗਿਆਨੀ ਊਧਮ ਸਿੰਘ ਕਹਿੰਦੇ ਮੈਂ ਜਦੋਂ ਉੱਥੇ ਗਿਆ ਤੇ ਮੈਂ ਆਪਣੀ ਕਿਰਪਾਨ ਕੱਢੀ ਬਾਹਰ, ਕਿਰਪਾਨ ਕੱਢ ਕੇ ਉਸ ਦਰਖਤ ਦੇ ਵਿੱਚ ਜਦੋਂ ਮਾਰੀ ਤੇ 4-5 ਗਲਾਸ ਪਾਣੀ ਨਿਕਲਿਆ, ਉੱਥੋਂ ਪਾਣੀ ਮੁੱਕ ਗਿਆ 3-4 ਗਿੱਠਾਂ। ਕਹਿੰਦੇ ਮੈਂ ਉਤਾਂਹ ਫਿਰ ਜਾ ਕੇ ਕਿਰਪਾਨ ਮਾਰੀ, ਫਿਰ ਉਹ ਫੁਹਾਰਾ ਚੱਲ ਪਿਆ ਪਾਣੀ ਦਾ। ਗੁਰੂ ਨਾਨਕ ਸਾਹਿਬ ਨੇ ਵੇਖੋ ਕਿੱਡੇ ਵੱਡੇ ਸਾਇੰਸਦਾਨ ਸਨ ਗੁਰੂ ਨਾਨਕ ਸਾਹਿਬ, ਦੁਨੀਆਂ ਦਾ ਕੋਈ ਏਡਾ ਤਗੜਾ ਵਿਗਿਆਨਕ ਨਹੀਂ ਹੋਵੇਗਾ ਬਾਬੇ ਨਾਨਕ ਤੋਂ ਵੱਡਾ, ਦੁਨਿਆਵੀ ਤੌਰ 'ਤੇ ਸਮਝ ਲਓ
ਅਧਿਆਤਮਕ ਤੌਰ ਤੇ ਸਮਝ ਲਓ, ਆਤਮਕ ਤੌਰ ਤੇ ਸਮਝ ਲਓ। ਗੁਰੂ ਨਾਨਕ ਸਾਹਿਬ ਕਹਿੰਦੇ ਭੁੱਖੇ ਪਿਆਸੇ ਮਰਦੇ ਪਏ ਹੋ, ਰੱਬ ਨੇ ਤਾਂ ਇੰਨੇ ਝਰਨੇ ਚਲਾਏ ਨੇ ਆਸੇ ਪਾਸੇ, ਜਦੋਂ ਸ਼ਰਾਬ ਮਾਰਿਆ ਪਾਣੀ ਨਿਕਲਿਆ, ਉਹਨਾਂ ਲੋਕਾਂ ਨੇ ਪਾਣੀ ਪੀਤਾ ਤੇ ਗੁਰੂ ਨਾਨਕ ਸਾਹਿਬ ਤਾਂ ਉਹਨਾਂ ਨੇ ਧੰਨਵਾਦ ਕੀਤਾ। ਅੱਜ ਵੀ ਉਹ ਦਰਖਤ ਉੱਥੇ ਮੌਜੂਦ ਨੇ। ਮੈਂ ਤਾਂ ਤੁਹਾਨੂੰ ਇੰਨੀ ਕੋ ਬੇਨਤੀ ਕਰਨ ਲੱਗਾ, ਇਹੋ ਜਿਹੇ ਇਲਾਕਿਆਂ ਚੋਂ ਗੁਰੂ ਨਾਨਕ ਸਾਹਿਬ ਮਹਾਰਾਜ ਬਾਹਰ ਨਿਕਲੇ, ਮੈਂ ਇਹ ਤੁਹਾਨੂੰ ਜ਼ਰੂਰ ਕਹਿ ਦੇਵਾਂਗਾ ਵੀ ਇੱਕ ਨਹੀਂ ਹਜ਼ਾਰਾਂ ਲੋਕ ਗੁਰੂ ਨਾਨਕ ਸਾਹਿਬ ਦੇ ਆਸ਼ਕ ਹੋਏ ਹੋਣਗੇ, ਪਰ ਸਾਡੇ ਪ੍ਰਚਾਰ ਦੀ ਘਾਟ ਕਰਕੇ ਅੱਜ ਉਹ ਸਭ ਕੁਝ ਖੇਰੂ ਖੇਰੂ ਹੋ ਗਿਆ। ਲੇਕਿਨ ਗੁਰੂ ਨਾਨਕ ਸਾਹਿਬ ਗਏ ਨੇ, ਉਹਨਾਂ ਜੰਗਲੀ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਨੇ ਸੱਤ ਨਾਲ ਜੋੜਿਆ। ਘਟਨਾ ਮੈਂ ਤਾਂ ਆਪ ਨਾਲ ਇਹ ਸ਼ੇਅਰ ਕੀਤੀ ਕਿਉਂਕਿ ਸੁਣੀ ਸੁਣਾਈ ਨਹੀਂ ਗਈ, ਕਿਤਾਬਾਂ 'ਚ ਲਿਖੀਆਂ ਜ਼ਰੂਰ ਨੇ, ਸਾਡੇ ਕੋਲ ਟਾਈਮ ਨਹੀਂ ਅਸੀਂ ਕਿਤਾਬਾਂ ਪੜ੍ਹੀਏ। ਅਤੇ ਦੂਜੀ ਗੱਲ, ਆਮ ਕਰਕੇ ਹਰ ਬੰਦਾ ਇਹੀ ਚਾਹੁੰਦਾ ਵੀ ਜੇ ਇੱਕ ਘੰਟਾ ਮਿਲਿਆ ਤਾਂ ਇੱਧਰ ਉੱਧਰ ਦੀਆਂ ਚਾਰ ਪੰਜ ਗੱਪਾਂ ਮਾਰੋ, ਪੈਸੇ ਲਓ ਅਤੇ ਘਰ ਚਲੇ ਜਾਓ, ਪਰ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕੋਈ ਨਵੀਂ ਜੀ ਗੱਲ ਸਾਡੇ ਸਾਹਮਣੇ ਆਵੇ ਅਤੇ ਅਸੀਂ ਉਹਨੂੰ ਸੁਣ ਕੇ ਕੈਚ ਕਰਕੇ ਆਪਣੇ ਗੁਰੂ 'ਤੇ ਫਖਰ ਕਰੀਏ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੇ ਇਹਨਾਂ ਅਣਮਨੁੱਖੀ ਲੋਕਾਂ ਦੇ ਅੰਦਰ ਮਨੁੱਖਤਾਈ ਪੈਦਾ ਕੀਤੀ ਤਾਂ ਵਿਚਾਰਵਾਨ ਕਹਿੰਦੇ ਨੇ ਅਫਗਾਨਿਸਤਾਨ ਦੀ ਧਰਤੀ 'ਤੇ ਗੁਰੂ ਨਾਨਕ ਸਾਹਿਬ ਗਏ, ਉੱਥੇ ਕਾਬਲ ਅਤੇ ਕੰਧਾਰ ਇਹਨਾਂ ਦੋਨਾਂ ਸ਼ਹਿਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ। ਅਤੇ ਜੇ ਅਮਰੀਕਾ ਦੇ ਵਿੱਚ ਇੱਦਾਂ ਦੇ ਲੋਕ ਸਨ ਤਾਂ ਉੱਥੇ ਕਿਹੜੇ ਚੰਗੇ ਸੀ? ਜੇਕਰ ਤੁਸੀਂ ਕੋਈ ਮਾੜੀ ਮੋਟੀ ਗੱਲ ਕਰਦੇ ਹੋ ਤਾਂ ਤਲਵਾਰ ਕੱਢ ਕੇ ਵੇਲੇ ਧੌਣ ਲਾ ਕੇ ਇੱਕ ਸਾਈਡ 'ਤੇ ਰੱਖ ਦਿੰਦੇ। ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਉੱਥੇ ਪਹੁੰਚੇ ਨਾ ਕੰਧਾਰ ਦੇ ਵਿੱਚ, ਅਤੇ ਗੁਰੂ ਨਾਨਕ ਸਾਹਿਬ ਜਿੱਥੇ ਬੈਠੇ ਉੱਥੋਂ ਦਾ ਇੱਕ ਬੜਾ ਮਸ਼ਹੂਰ ਵਲੀ ਮੁਹੰਮਦ ਨਾਮ ਦਾ ਫਕੀਰ ਗੁਰੂ ਨਾਨਕ ਸਾਹਿਬ ਦੇ ਕੋਲ ਆਇਆ। ਜਿਨ੍ਹਾਂ ਨੇ ਸੁਣੀ ਹੋਵੇਗੀ ਸਾਖੀ ਉਹਨਾਂ ਦਾ ਮੈਂ ਧੰਨਵਾਦ ਕਰਦਾ, ਜਿਨ੍ਹਾਂ ਨੇ ਨਹੀਂ ਸੁਣੀ ਇੱਕ ਵਾਰੀ ਜ਼ਰੂਰ ਗੌਰ ਕਰਕੇ ਸੁਣਿਓ। ਵਲੀ ਮੁਹੰਮਦ ਕੰਧਾਰ ਦਾ ਪੀਰ ਗੁਰੂ ਨਾਨਕ ਸਾਹਿਬ ਦੇ ਕੋਲ ਆਇਆ, ਜਦੋਂ ਹਜ਼ਾਰਾਂ ਲੋਕ ਗੁਰੂ ਨਾਨਕ ਸਾਹਿਬ ਦੇ ਕੋਲ ਆ ਕੇ ਬੈਠੇ ਨੇ ਅਤੇ ਉਹਨੇ ਵੀ ਆ ਕੇ ਆਪਣੀ ਚਰਚਾ ਛੇੜੀ। ਉਹਦੇ ਮਨ ਵਿੱਚ ਸੀ ਵੀ ਇਹ ਕੋਈ ਆਮ ਜਿਹਾ ਫਕੀਰ ਬੰਦਾ ਹੈ, ਇਹਨੂੰ ਮੈਂ ਚਰਚਾ ਵਿੱਚ ਹਰਾ ਦੇਣਾ ਅਤੇ ਲੋਕਾਂ ਨੂੰ ਕਹਿ ਦੇਵਾਂਗਾ ਵੀ ਕਿਹਦੇ ਪਿੱਛੇ ਤੁਰੇ ਫਿਰਦੇ ਹੋ। ਗੁਰੂ ਨਾਨਕ ਸਾਹਿਬ ਨੇ ਕਦੇ ਬਹਿਸ ਨਹੀਂ ਕੀਤੀ, ਬਾਦ ਵਿਵਾਦ ਕਾਹੂ ਸਿਉਣਾ ਕੀਜੈ, ਝਗੜਾ ਨਹੀਂ ਖੜਾ ਕਰਨਾ, ਗੁਰਮੁਖ ਬੈਸੋ ਸਫਾ ਵਿਛਾਏ। ਸਫਾ ਇਹਨੂੰ ਕਹਿੰਦੇ ਨੇ, ਸੰਗਤ ਵਿੱਚ ਆਰਾਮ ਨਾਲ ਬਹਿ ਕੇ ਵਿਚਾਰ ਕਰੋ, ਕੋਈ ਗਲਤੀ ਹੈ ਤੇ ਉਹਨੂੰ ਸੁਧਾਰ ਲਓ, ਸਹੀ ਸੇਧ ਹੈ ਤੁਹਾਨੂੰ ਨੋਟ ਕਰ ਲਓ। ਵਲੀ ਮੁਹੰਮਦ ਜਦੋਂ ਆਇਆ ਹਜ਼ਾਰਾਂ ਲੋਕ ਉਹਦੇ ਨਾਲ ਵੀ ਆ ਗਏ, ਬੜਾ ਤਕੜਾ ਸੀ ਆਪਣੇ ਆਪ ਦੇ ਵਿੱਚ ਇਹ ਵਿਦਵਾਨ ਸੱਜਣ ਫਕੀਰ ਅਖਵਾਉਂਦਾ ਸੀ। ਇਹਨੇ ਗੁਰੂ ਨਾਨਕ ਸਾਹਿਬ ਨੂੰ ਆ ਕੇ ਸਵਾਲ ਕੀਤਾ, ਕਹਿੰਦਾ ਤੁਸੀਂ ਕਿੱਥੋਂ ਆਏ ਹੋ ਅਤੇ ਤੁਹਾਡਾ ਨਾਮ ਕੀ ਹੈ? ਇਹਦੇ ਸਵਾਲ ਮੈਂ ਨੋਟ ਕੀਤੇ ਨੇ ਜਿਹੜੇ ਇਹਨੇ ਕੀਤੇ ਨੇ, ਤੁਸੀਂ ਕਿੱਥੋਂ ਆਏ ਹੋ ਅਤੇ ਤੁਹਾਡਾ ਨਾਮ ਕੀ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮੈਂ ਆਇਆ ਹਾਂ ਪੰਜਾਬ ਤੋਂ ਅਤੇ ਨਾਮ ਮੇਰਾ ਨਾਨਕ ਨਿਰੰਕਾਰੀ ਹੈ। ਹੁਣ ਇਹਨੇ ਫਾਰਸੀ ਵਿੱਚ ਸਵਾਲ ਜਵਾਬ ਕੀਤੇ ਨੇ, ਉਹਦਾ ਮੂਲ ਮੇਰੇ ਕੋਲ ਪਿਆ ਫਾਰਸੀ ਦਾ, ਪਰ ਮੈਨੂੰ ਫਾਰਸੀ ਨਹੀਂ ਆਉਂਦੀ, ਇਸ ਕਰਕੇ ਮੈਂ ਤੇ ਪੰਜਾਬੀ 'ਚ ਅਨੁਵਾਦ ਕਰ ਸਕਦਾ। ਤੁਸੀਂ ਕਿੱਥੋਂ ਆਇਓ, ਤੁਹਾਡਾ ਨਾਮ ਕੀ ਹੈ? ਮਹਾਰਾਜ ਕਹਿੰਦੇ ਮੈਂ ਪੰਜਾਬ ਤੋਂ ਆਇਆ, ਨਾਮ ਮੇਰਾ ਨਾਨਕ ਨਿਰੰਕਾਰੀ। ਉਹਨੇ ਦੂਜਾ ਸਵਾਲ ਕੀਤਾ ਵਲੀ ਮੁਹੰਮਦ ਨੇ, ਉਹ ਕਹਿੰਦਾ ਨਾਨਕ ਤਾਂ ਸਮਝ ਆਇਆ, ਨਿਰੰਕਾਰੀ ਕੀ ਮੀਨਸ, ਨਿਰੰਕਾਰੀ ਦਾ ਮਤਲਬ? ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਿਹੜਾ ਉਸ ਨਿਰੇ ਆਕਾਰ ਰੱਬ ਨੂੰ ਮੰਨਦਾ ਹੈ, ਕਿਹਨੂੰ? ਜਿਹਦੀ ਕੋਈ ਮੂਰਤੀ ਨਹੀਂ, ਜਿਹਦਾ ਕੋਈ ਸਟੈਚੂ ਨਹੀਂ, ਕੋਈ ਬੁੱਤ ਨਹੀਂ, ਕੋਈ ਤਸਵੀਰ ਨਹੀਂ, ਜਿਹੜਾ ਦਿਸਦਾ ਨਹੀਂ, ਜਿਹਦਾ ਕੋਈ ਹਾਵ ਭਾਵ ਨਹੀਂ, ਕੋਈ ਰੰਗ ਰੂਪ ਨਹੀਂ, ਕਹਿੰਦੇ ਮੈਂ ਉਸ ਰੱਬ ਨੂੰ ਮੰਨਦਾ ਤੇ ਜਿਹੜਾ ਉਹਨੂੰ ਮੰਨੇ ਉਹਨੂੰ ਕਹਿੰਦੇ ਨੇ ਨਿਰੰਕਾਰੀ। ਅੱਜ ਤਾਂ ਝੂਠੇ ਬੰਦੇ ਆਪਣੇ ਨਾਮ ਨਿਰੰਕਾਰੀ ਸ਼ਬਦ ਜੋੜ ਕੇ ਬਹਿ ਗਏ ਨਾ, ਤੇ ਬਾਬੇ ਨਾਨਕ ਨੂੰ ਪੁੱਛੀਏ ਤੇ ਸਤਿਗੁਰੂ ਕਹਿੰਦੇ ਨੇ ਦੁਬਦਾ ਛੋੜ ਭਏ ਨਿਰੰਕਾਰੀ, ਜਿਹਦੇ ਵਿੱਚ ਆਪਣੇ ਕੋਈ ਝਗੜਾ ਨਹੀਂ ਰਿਹਾ ਮਾਇੰਡ ਵਿੱਚ, ਜਿਹਦੀ ਆਪਣੀ ਦੁਬਧਾ ਮਰ ਗਈ, ਜਿਹਦਾ ਆਪਣਾ ਭੈੜਾ ਸੁਭਾਅ ਖਤਮ ਹੋ ਗਿਆ, ਉਹ ਨਿਰੰਕਾਰੀ ਹੈ। ਉਹ ਕਹਿੰਦਾ ਠੀਕ, ਮੈਂ ਸਮਝ ਗਿਆ। ਉਹਨੇ ਅਗਲਾ ਸਵਾਲ ਗੁਰੂ ਨਾਨਕ ਸਾਹਿਬ ਨੂੰ ਕੀਤਾ, ਉਹ ਕਹਿੰਦਾ ਤੁਸੀਂ ਮੈਨੂੰ ਇਹ ਦੱਸ ਸਕਦੇ ਹੋ, ਕਿਰਪਾ ਕਰਕੇ ਇਹਨਾਂ ਦਾ ਦੱਸ ਦਿਓ ਕਿ ਖੁਦਾ ਨੂੰ ਕਿੱਦਾਂ ਪਾਈਏ? ਮਾਫ਼ ਕਰਿਓ, ਇਹ ਤੋਂ ਪਹਿਲਾਂ ਇੱਕ ਸਵਾਲ ਸੀ, ਮੈਂ ਉਹ ਅੱਜ ਕਰ ਦੇਵਾਂ। ਉਹਨੇ ਕਿਹਾ ਮੈਨੂੰ ਕਿਰਪਾ ਕਰਕੇ ਦੱਸੋ ਤੁਹਾਡਾ ਗੁਰੂ ਕੌਣ ਹੈ? ਇਹ ਸਵਾਲ ਬੜਾ ਕਮਾਲ ਦਾ ਸੀ। ਅੱਜ ਮੈਂ ਕਈ ਕਿਤਾਬਾਂ ਪੜ੍ਹਦਾ, ਕਈ ਲਿਖੀ ਜਾਂਦੇ ਕਿ ਬਾਬਾ ਕਬੀਰ ਗੁਰੂ ਨਾਨਕ ਸਾਹਿਬ ਦੇ ਗੁਰੂ ਸੀ, ਕਈਆਂ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਗੱਲਾਂ ਲਿਆ ਕੱਢ ਮਾਰੀਆਂ ਜੀ, ਪਤਾ ਨਹੀਂ ਕਿੰਨੇ ਕੁ ਗੁਰੂ ਪੈਦਾ ਕਰ ਦਿੱਤੇ। ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਵਲੀ ਮੁਹੰਮਦ ਨੇ, ਤੁਹਾਡਾ ਗੁਰੂ ਕੌਣ ਹੈ ਜਿਨ੍ਹਾਂ ਤੋਂ ਤੁਸੀਂ ਆਹ ਸਿੱਖਿਆ ਲਈ? ਤਾਂ ਗੁਰੂ ਨਾਨਕ ਸਾਹਿਬ ਜੀ ਪਤਾ ਕੀ ਕਹਿੰਦੇ ਨੇ? ਕਹਿੰਦੇ ਨੇ ਮੇਰਾ ਗੁਰੂ ਖੁਦ ਖੁਦਾ ਹੈ। ਮੇਰਾ ਗੁਰੂ ਕੌਣ ਹੈ? ਖੁਦ ਖੁਦਾ, ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਸਿੱਧ ਸਵਾਲ ਕਰਦੇ ਨੇ ਗੁਰੂ ਨਾਨਕ ਸਾਹਿਬ ਨੂੰ ਕਿ ਤੁਹਾਡਾ ਗੁਰੂ ਕੌਣ ਹੈ, ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸ਼ਬਦ ਗੁਰੂ ਸੁਰਗ ਧੁਨ ਚੇਲਾ, ਤੇ ਉਸੇ ਸ਼ਬਦ ਗੁਰੂ ਨੂੰ ਆਖਿਆ ਗਿਆ ਕਿ ਅਕਾਲ ਪੁਰਖ ਪ੍ਰਭੂ ਪਰਮਾਤਮਾ ਜਿਹੜਾ ਹੈ ਉਹ ਮੇਰਾ ਸਤਿਗੁਰੂ ਹੈ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ। ਇਹਨੇ ਅਗਲਾ ਸਵਾਲ ਕੀਤਾ, ਕਹਿੰਦਾ ਮੈਨੂੰ ਇਹ ਦੱਸੋ ਵੀ ਰੱਬ ਨੂੰ ਕਿੱਦਾਂ ਪਾਈਏ? ਹੁਣ ਆ ਮੇਜਰ ਪ੍ਰੋਬਲਮ ਹੈ, ਹਰ ਬੰਦੇ ਦੇ ਮਨ ਵਿੱਚ ਸਵਾਲ ਹੁੰਦਾ। ਆ ਧਰਮ ਦੇ ਨਾਮ ਤੇ ਜਿੰਨੇ ਵੀ ਅਸਥਾਨ ਬਣੇ ਨੇ ਨਾ, ਉਹਨਾਂ ਸਾਰੇ ਵਿੱਚ ਇੱਕ ਗੱਲ ਹੀ ਵਾਰ ਵਾਰ ਦੱਸੀ ਜਾਂਦੀ, ਰੱਬ ਨੂੰ ਪਾਉਣਾ, ਰੱਬ ਨੂੰ ਪਾਉਣਾ, ਕਿੱਦਾਂ ਪਾਉਣਾ ਨਹੀਂ ਦੱਸਿਆ ਜਾਂਦਾ। ਉਹ ਕਹਿੰਦੇ ਮੈਨੂੰ ਦੱਸੋ ਰੱਬ ਨੂੰ ਕਿੱਦਾਂ ਪਾਈਏ? ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਆਪਣੀ ਖੁਦ ਹੀ ਮਿਟਾ, ਰੱਬ ਤੇਰੇ ਮੂਹਰੇ ਖੜਾ ਹੈ।
ਹੁਣ ਇਹ ਸ਼ਬਦ ਹੈ ਸਿੰਪਲ ਜੇ ਹੈ ਪਰ ਗੱਲ ਬੜੀ ਕਮਾਲ ਦੀ। ਆਪਣੀ ਖੁਦ ਹੀ ਮਿਟਾ, ਰੱਬ ਤੇਰੇ ਮੂਹਰੇ ਖੜਾ ਹੈ, ਸਾਰਾ ਕੁਝ ਛੱਡ ਦੇ ਰੱਬ ਤੋਂ ਬਗੈਰ, ਰੱਬ ਨੂੰ ਪਾਉਣ ਦੀ ਜ਼ਰੂਰਤ ਨਹੀਂ, ਰੱਬ ਤੇਰੇ ਅੰਦਰ ਹੈ। ਇਹਨੂੰ ਖੋਲ ਕੇ ਏਦਾਂ ਸਮਝਾਵਾਂਗੇ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੇ। ਅਖੀਰ ਵਿੱਚ ਕੀ ਕਹਿੰਦੇ ਨੇ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਈ। ਆ ਹਉਮੈ ਸਾਡੀ ਖੁਦ ਹੀ ਹੈ, ਜਿਤਨੇ ਹਉਮੈ ਮਰ ਗਈ ਖਤਮ ਹੋ ਗਈ, ਕਿਉਂਕਿ ਅਸੀਂ ਜਿੱਥੇ ਵੀ ਜਾਂਦੇ ਇੱਕ ਪਹਾੜ ਨਾਲ ਲੈ ਕੇ ਜਾਂਦੇ, ਉਹ ਸਾਡੇ ਵਿੱਚ ਤੇ ਬਾਬੇ ਨਾਨਕ ਦੇ ਸੈਂਟਰ ਦੇ ਵਿੱਚ ਖੜਾ ਹੈ। ਅਸੀਂ ਪਹਾੜ ਤੇ ਟੱਪ ਨਹੀਂ ਸਕਦੇ, ਸਾਈਡ ਤੇ ਅਸੀਂ ਕਰ ਨਹੀਂ ਸਕਦੇ, ਮਜਬੂਰੀ ਸਾਡੀ ਇਹ ਬਣੀ ਕਿ ਅਸੀਂ ਗਲੇ ਦੇ ਵਿੱਚ, ਅੱਖਾਂ ਦੇ ਵਿੱਚ, ਮਨ ਦੇ ਵਿੱਚ ਹਰ ਜਗ੍ਹਾ ਤੇ ਪਹਾੜ ਰੱਖਿਆ ਹੈ। ਹੁਣ ਗੁਰੂ ਨਾਨਕ ਸਾਹਿਬ ਸਾਨੂੰ ਦਿਸਦੇ ਨਹੀਂ। ਇੱਕ ਵੀਰ ਨੇ ਇੱਕ ਵਾਰੀ ਕਿਹਾ ਸੀ ਕਿ ਗੁਰੂ ਨਾਨਕ ਸਾਹਿਬ ਜੇ ਭਾਈ ਲਾਲੋ ਦਾ ਜਾ ਕੇ ਦਰਵਾਜ਼ਾ ਖੜਕਾ ਸਕਦੇ ਨੇ ਤੇ ਸਾਨੂੰ ਕਿਉਂ ਨਹੀਂ ਮਿਲਦੇ, ਤੇ ਮੈਂ ਉਹਨੂੰ ਬੇਨਤੀ ਕੀਤੀ ਸੀ, ਕਮਲ ਯਾਰ ਭਾਈ ਲਾਲੋ ਵਰਗਾ ਬਣ ਤਾਂ ਸਹੀ, ਭਾਈ ਲਾਲੋ ਤਾਂ ਲਾਲ ਸੀ, ਭਾਈ ਲਾਲੋ ਵਰਗਾ ਬਣ। ਜਿਸ ਦਿਨ ਤੂੰ ਭਾਈ ਲਾਲੋ ਵਰਗਾ ਬਣ ਗਿਆ, ਗੁਰੂ ਨਾਨਕ ਸਾਹਿਬ ਆ ਕੇ ਦਰਵਾਜ਼ਾ ਖੜਕਾਉਣਗੇ ਤੇਰਾ ਖੁਦ, ਪਰ ਤੂੰ ਭਾਈ ਲਾਲੋ ਵਰਗਾ ਬਣਦਾ ਨਹੀਂ। ਭਾਈ ਸਾਹਿਬ, ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਨਾਲ 50 ਸਾਲ ਤੋਂ ਵੱਧ ਰਹੇ ਨੇ। ਮੈਂ ਕਈ ਵਾਰ ਬੇਨਤੀ ਕਰਿਆ ਕਰਦਾ, ਵੇਖੋ ਭਾਈ ਮਰਦਾਨੇ ਨੂੰ ਕਿੱਥੋਂ ਚੱਕਿਆ ਗੁਰੂ ਨਾਨਕ ਸਾਹਿਬ ਨੇ। ਇੱਕ ਗਰੀਬ ਪਰਿਵਾਰ ਹੈ, ਗਰੀਬ ਘਰ ਹੈ, ਤੇ ਜਾਤ ਉਹ ਹੈ ਜਿਹਨੂੰ ਲੋਕ ਘਿਰਨਾ ਕਰਦੇ ਨੇ, ਆਖੇ ਜੀ ਮਰਾਸੀ ਹੈ ਜੀ, ਸ਼ਬਦ ਵਰਤਦੇ ਨੇ। ਗੁਰੂ ਨਾਨਕ ਸਾਹਿਬ ਨੇ ਜਦੋਂ ਭਾਈ ਮਰਦਾਨੇ ਨੂੰ ਨਾਲ ਲਿਆ ਤੇ ਭਾਈ ਸਾਹਿਬ ਵੀ ਗਾਇਨ ਕਰ ਰਹੇ ਸਨ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ, ਤੇ ਕਿੰਨਾ ਸਤਿਕਾਰ ਦਿੱਤਾ। ਉਹ ਭਾਈ ਮਰਦਾਨਾ ਅੱਜ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਖੜੇ ਹੋ ਗਏ। ਬੜੀ ਪਿਆਰੀ ਘਟਨਾ ਜਨਮ ਸਾਖੀ ਨੇ ਲਿਖੀ, ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੂੰ ਭਾਈ ਮਰਦਾਨੇ ਨੇ ਕਿਹਾ, ਬਾਬਾ ਤੇਰਾ ਮੇਰਾ ਰਿਸ਼ਤਾ ਕੀ ਹੈ, ਸਾਡਾ ਕੀ ਰਿਸ਼ਤਾ ਹੈ? ਤੇ ਕਈ ਵਾਰ ਪਿਆਰ ਵਿੱਚ ਆ ਕੇ ਭਾਈ ਮਰਦਾਨਾ ਪਤਾ ਕੀ ਕਹਿ ਦਿਆ ਕਰਦੇ ਸੀ, ਕਹਿੰਦੇ ਨੇ ਬਾਬਾ ਤੇਰੇ ਮੇਰੇ ਮੇ ਕੋਈ ਜ਼ਿਆਦਾ ਅੰਤਰ ਨਹੀਂ। ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿੰਦੇ ਸੀ, ਕਿੱਦਾਂ? ਤੇ ਭਾਈ ਮਰਦਾਨਾ ਕਿਹਾ ਕਰਦਾ ਸੀ, ਬਾਬਾ ਤੂੰ ਖੁਦਾਏ ਦਾ ਡੂਮ, ਮੈਂ ਤੇਰਾ ਡੂਮ, ਤੂੰ ਖੁਦਾ ਵਾਸਤੇ ਗਾਉਂਦਾ, ਮੈਂ ਤੇਰੇ ਵਾਸਤੇ ਗਾਉਂਦਾ, ਤੇ ਹੈ ਤੂੰ ਵੀ ਗਵਈਆ, ਹੈ ਮੈਂ ਵੀ ਗਵਈਆ, ਇਸ ਕਰਕੇ ਤੇਰੇ 'ਚ ਤੇ ਮੇਰੇ 'ਚ ਕੋਈ ਜ਼ਿਆਦਾ ਫਰਕ ਨਹੀਂ ਹੈ। ਪਰ ਇਹ ਗੱਲ ਇੱਦਾਂ ਨਹੀਂ ਕਹੀ ਜਾ ਸਕਦੀ, ਆਪਾਂ ਨਹੀਂ ਕਹਿ ਸਕਦੇ, ਕਿਉਂਕਿ ਆਪਾਂ ਭਾਈ ਮਰਦਾਨਾ ਬਣੀ ਨਹੀਂ ਕਦੇ, ਨਾ ਭਾਈ ਲਾਲੋ ਕਦੀ ਬਣੇ ਆ, ਕਿਉਂਕਿ ਅਸੀਂ ਜਿੱਦਣ ਬਣਾਂਗੇ ਉਦਣ ਸਾਡਾ ਸੰਬੰਧ ਜੁੜੇਗਾ। ਜਦੋਂ ਪੁੱਤਰ ਦਾ ਪਿਓ ਨਾਲ ਪਿਆਰ ਹੋਵੇ ਨਾ, ਸੱਚਾ ਪਿਆਰ ਹੋਵੇ, ਤੇ ਪੁੱਤਰ ਲਿਬੜਿਆ ਤਿਬੜਿਆ ਹੋਵੇ ਤੇ ਆ ਕੇ ਪਿਓ ਦੀ ਕੁਸ਼ਲ ਚੜ ਜਾਏ ਤੇ ਪਿਓ ਟੈਨਸ਼ਨ ਨਹੀਂ ਲੈਂਦਾ, ਮੇਰੇ ਕੱਪੜੇ ਲਬੇੜ ਦਿੱਤੇ ਉਹਨੇ, ਪਿਓ ਕਹਿੰਦਾ ਕਿਉਂ ਨਹੀਂ ਪਿਆਰ ਹੈ। ਜਿੱਦਣ ਸਾਡਾ ਪਿਆਰ ਪੈ ਗਿਆ, ਅਸੀਂ ਲਿਬੜੇ ਤਿਬੜੇ ਵੀ ਆ ਗਏ, ਤੇ ਗੁਰੂ ਨਾਨਕ ਨੇ ਗੱਲ ਨਾਲ ਸਾਨੂੰ ਲਾਉਣਾ ਹੈ। ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ਭਾਈ ਮਰਦਾਨੇ ਨੇ, ਬਾਬਾ ਤੇਰਾ ਮੇਰਾ ਰਿਸ਼ਤਾ ਕੀ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮਰਦਾਨਿਆ ਤੂੰ ਮੇਰਾ ਭਾਈ ਹੈ। ਇਹ ਗੱਲ ਬੜੀ ਉਹਨਾਂ ਨੇ ਪਿਆਰੀ ਕੀ, ਕਹਿੰਦੇ ਮਰਦਾਨਿਆ ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ। ਯਾਦ ਰੱਖੀ, ਜਿੱਥੇ ਮਰਦਾਨੇ ਨੂੰ ਯਾਦ ਕਰਨਗੇ ਉੱਥੇ ਗੁਰੂ ਨਾਨਕ ਆਏਗਾ ਹੀ ਆਏਗਾ, ਜਿੱਥੇ ਗੁਰੂ ਨਾਨਕ ਸਾਹਿਬ ਨੂੰ ਲੋਕ ਯਾਦ ਕਰਨਗੇ ਉੱਥੇ ਭਾਈ ਮਰਦਾਨਾ ਆਉਣਗੇ। ਅੱਜ ਸਵਾਲ ਕਰਦਾ ਬੜੀ ਮੁਹੰਮਦ, ਰੱਬ ਨੂੰ ਕਿੱਦਾਂ ਪਾਈਏ? ਤੇ ਮਹਾਰਾਜ ਕਹਿੰਦੇ, ਖੁਦ ਹੀ ਮਿਟਾ ਹੰਕਾਰ ਨੂੰ, ਛੱਡਦੇ ਰੱਬ ਕਿਸੇ ਪਾਸੇ ਨਹੀਂ ਗਿਆ ਹੋਇਆ, ਬਸ ਆਪਣੇ ਅੰਦਰ ਅਸੀਂ ਹੰਕਾਰ ਜਮ੍ਹਾਂ ਕਰਕੇ ਬੈਠੇ ਹਾਂ। ਇਹੀ ਗੱਲ ਕਹੀ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ੇਖ ਮੁਹੰਮਦ ਨੂੰ। ਮੈਂ ਕਹਿ ਕੇ ਸਮਾਪਤੀ ਕਰਨ ਲੱਗਾ, ਪਾਪ ਪੱਟਣ ਜਿਹੜਾ ਬਾਬਾ ਫਰੀਦ ਦੇ ਚਰਨਾਂ ਦਾ ਵਸਿਆ ਹੋਇਆ ਸ਼ਹਿਰ ਹੈ। ਬਾਬਾ ਫਰੀਦ ਜੀ ਜਿਸ ਨਦੀ ਵਿੱਚ ਨਹਾਉਂਦੇ ਸਨ, ਉਹ ਪੱਤਣ ਬੜਾ ਮਸ਼ਹੂਰ ਹੋ ਗਿਆ, ਨਦੀ ਦਾ ਕਿਨਾਰਾ ਪੱਤਣ ਹੁੰਦਾ ਹੈ, ਤੇ ਸ਼ਹਿਰ ਦਾ ਨਾਮ ਪਾਕ ਪੱਟਣ ਬਾਬਾ ਫਰੀਦ ਸਾਹਿਬ ਜੀ ਦੇ ਚਰਨ ਪੈਣ ਤੋਂ ਮਸ਼ਹੂਰ ਹੋਇਆ। 11ਵੀਂ ਜਗ੍ਹਾ ਤੇ ਬਾਬਾ ਫਰੀਦ ਸਾਹਿਬ ਜੀ ਦੀ ਛੇਕ ਬ੍ਰਹਮ ਸਨ। ਗੁਰੂ ਨਾਨਕ ਸਾਹਿਬ ਜੀ ਅੱਜ ਕਹਿੰਦੇ ਨੇ ਪਾਕ ਪੱਟਣ ਦੇ ਵਿੱਚ ਗਏ, ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜਾ ਕੇ ਬੈਠੇ ਨੇ ਨਾ, ਉਹ ਸ਼ਹਿਰ ਤੋਂ 3-4 ਕੋਹ ਦੂਰ ਹੈ ਉਹ ਜਗ੍ਹਾ। ਉੱਥੇ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆ ਰਬਾਬ ਕੋਲ ਬਾਣੀ ਗਾਉਣੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਪਤਾ ਕਿਹੜੀ ਗਾਈ? ਇੱਕ ਉਹ ਪੱਟੀ ਕਲਮ ਆਪੇ ਪੱਟੀ ਕਲਮ ਆਪ ਉੱਪਰ ਲੇਖ ਭੀ ਤੂੰ, ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੋ। ਕਹਿੰਦੇ ਇਹ ਬਾਣੀ ਜਦੋਂ ਗੁਰੂ ਨਾਨਕ ਸਾਹਿਬ ਗਾ ਰਹੇ ਸਨ, ਮੈਂ ਕਹਿ ਕੇ ਸਮਾਪਤੀ ਵੱਲ ਵਧਣ ਲੱਗਾ, ਉਸ ਟਾਈਮ ਸ਼ੇਖ ਬ੍ਰਹਮ ਦਾ ਇੱਕ ਚੇਲਾ ਸੀ ਕਮਾਲ, ਉਹ ਲੱਕੜਾਂ ਚੁਣ ਰਿਹਾ ਸੀ। ਲੱਕੜਾਂ ਚੁਣਦਾ ਚੁਣਦਾ ਗੁਰੂ ਨਾਨਕ ਸਾਹਿਬ ਦੇ ਕੋਲ ਆਇਆ, ਉਹਨੇ ਕਿਹਾ, ਬਾਬਾ ਨਾਨਕ ਜਿਹੜਾ ਤੁਸੀਂ ਆ ਸ਼ਬਦ ਗਾਇਆ ਇੱਕ ਵਾਰੀ ਫੇਰ ਗਾਓ। ਗੁਰੂ ਨਾਨਕ ਸਾਹਿਬ ਨੇ ਫੇਰ ਦੁਬਾਰਾ ਗਾ ਦਿੱਤਾ, ਆਪੇ ਪੱਟੀ ਕਲਮ ਆਪ ਉੱਪਰ ਲੇਖ ਪੀ ਤੂੰ, ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੋ। ਉਹ ਬੜਾ ਹੈਰਾਨ ਹੋਇਆ, ਕਹਿੰਦੇ ਚਲਾ ਗਿਆ ਸ਼ਬਦ ਯਾਦ ਕਰਕੇ। ਉਹ ਸ਼ੇਖ ਬ੍ਰਹਮ ਦੇ ਕੋਲ ਚਲਾ ਗਿਆ, ਬਾਬਾ ਫਰੀਦ ਸਾਹਿਬ ਦੀ ਗੱਡੀ ਦੇ ਜਿਹੜੇ ਵਾਰਸ ਸਨ, ਉਹਨੇ ਜਾ ਕੇ ਝਗੜਾ ਖੜਾ ਕਰਤਾ। ਉਹ ਕਹਿੰਦਾ, ਮੈਨੂੰ ਤੁਹਾਡੀ ਇਹ ਨਹੀਂ ਸਮਝ ਲੱਗਦੀ ਵੀ ਤੁਸੀਂ ਸਹੀ ਹੋ ਕਿ ਜਾਂ ਉਹ ਫਕੀਰ ਜਿਹੜਾ ਜੰਗਲ ਵਿੱਚ ਬੈਠਾ ਉਹ ਸਹੀ ਹੈ। ਸ਼ੇਖ ਬ੍ਰਹਮ ਕਹਿੰਦਾ, ਵੀ ਹੋਇਆ ਕੀ, ਕਾਰਨ ਕੀ ਹੈ, ਇੰਨਾ ਕਰਪਿਆ ਕਿਉਂ? ਕਮਾਲ ਜੀ ਕਹਿੰਦੇ, ਵੀ ਤੁਸੀਂ ਕਹਿੰਦੇ ਹੋ ਵੀ ਇੱਕ ਰੱਬ ਇੱਕ ਖੁਦਾ ਹੈ ਤੇ ਖੁਦਾ ਦਾ ਇੱਕ ਰਸੂਲ ਹੈ ਮੁਹੰਮਦ ਸਾਹਿਬ, ਜੇ ਖੁਦਾ ਨੂੰ ਪਾਉਣਾ ਹੋਵੇ ਤੇ ਮੁਹੰਮਦ ਸਾਹਿਬ ਤੋਂ ਬਗੈਰ ਪਾਇਆ ਨਹੀਂ ਜਾ ਸਕਦਾ। ਉਹ ਫਕੀਰ ਗਾ ਰਿਹਾ ਵੀ ਰੱਬ ਤੋਂ ਬਗੈਰ ਦੂਜਾ ਕੋਈ ਹੈ ਨਹੀਂ, ਮੈਨੂੰ ਲੱਗਦਾ ਜਾਂ ਤੁਸੀਂ ਗਲਤ ਹੋ ਜਾਂ ਉਹ ਗਲਤ ਹੈ।
ਹੁਣ ਚੇਲਾ ਗੱਲ ਕਹਿ ਦੇਵੇ ਤੇ ਗੁਰੂ ਨੂੰ ਤਾਂ ਪ੍ਰੋਬਲਮ ਖੜੀ ਹੁੰਦੀ ਹੁੰਦੀ ਨਾ। ਹੁਣ ਚੇਲੇ ਅੱਜ ਚੇਲੇ ਇੱਦਾਂ ਦੇ ਨਹੀਂ ਹੈ ਸਵਾਲ ਕਰਨ, ਜਿਹੜੇ ਆ ਨਕਲੀ ਗੁਰੂ ਬਣੇ ਨੇ ਨਾ, ਕਿਤੇ ਚੇਲਿਆਂ ਦੇ ਅੰਦਰ ਇੰਨੀ ਹਿੰਮਤ ਆ ਜਾਏ ਸਵਾਲ ਕਰਨ ਦੀ, ਤੇ ਨਕਲੀ ਗੁਰੂਆਂ ਦਾ ਸਾਰਾ ਪਾਜ ਉੱਪਰ ਸਕਦਾ ਹੈ ਪਰ ਸਵਾਲ ਕਰਦਾ ਹੀ ਕੌਣ ਹੈ? ਕਹਿੰਦੇ ਉਹਨੇ ਜਾ ਕੇ ਕਿਹਾ ਵੀ ਜਾਂ ਤੁਸੀਂ ਗਲਤ ਹੋ ਤੇ ਜਾਂ ਉਹ ਫਕੀਰ ਗਲਤ ਹੈ। ਸ਼ੇਖ ਬ੍ਰਹਮ ਨੂੰ ਲੱਗਾ ਵੀ ਕੋਈ ਆਮ ਬੰਦਾ ਨਹੀਂ ਹੋ ਸਕਦਾ। ਸ਼ੇਖ ਬ੍ਰਹਮ ਕਹਿੰਦੇ ਉੱਥੋਂ ਤੁਰਿਆ, ਤੁਰਦੇ ਤੁਰਦੇ ਜਦੋਂ ਗਏ ਬਹੁਤ ਰਸਤੇ ਵਿੱਚ ਭੀੜ ਨਾਲ ਜੁੜ ਗਈ, ਹਜ਼ਾਰਾਂ ਲੋਕ ਨਾਲ ਆ ਗਏ, ਜਿੱਥੇ ਸ਼ੇਖ ਬ੍ਰਹਮ ਬੈਠਾ ਉੱਥੇ ਹਜ਼ਾਰਾਂ ਲੋਕ ਬਹਿ ਗਏ। ਬਾਬੇ ਨਾਨਕ ਨੂੰ ਇਹ ਮੌਕਾ ਮਿਲਣਾ ਨਹੀਂ ਸੀ, ਫਿਰ ਗੁਰੂ ਨਾਨਕ ਸਾਹਿਬ ਨੇ ਵੇਖਿਆ ਹਜ਼ਾਰਾਂ ਲੋਕ ਬੈਠੇ ਨੇ, ਸੱਚੇ ਪਾਤਸ਼ਾਹ ਜੀ ਨੇ ਵਿਚਾਰ ਚਰਚਾ ਸ਼ੁਰੂ ਕੀਤੀ। ਸ਼ੇਖ ਬ੍ਰਹਮ ਨੇ ਇੱਕ ਗੱਲ ਕਹੀ, ਉਹਨੂੰ ਕਿਸੇ ਵਿਦਵਾਨ ਸੱਜਣ ਨੇ ਲਿਖਿਆ, ਸ਼ੇਖ ਬ੍ਰਹਮ ਕਹਿੰਦਾ ਬਾਬਾ ਨਾਨਕ ਮੈਂ ਤੁਹਾਨੂੰ ਪਹਿਲਾਂ ਵੀ ਮਿਲਿਆ, ਲੇਕਿਨ ਮੇਰਾ ਇੱਕ ਜਵਾਬ ਦਿਓ ਤੁਸੀਂ। ਸਵਾਲ ਮੇਰਾ ਇਹ ਹੈ ਕਿ ਇੱਕੋ ਸਾਹਿਬ ਦੂਜੀ ਹੱਦ, ਕਿਸ ਨੂੰ ਸੇਵੀ ਕਿਸ ਨੂੰ ਰੱਦ, ਕਿ ਇੱਕ ਅਕਾਲ ਪੁਰਖ ਵਾਹਿਗੁਰੂ ਖੁਦਾ ਅੱਲਾਹ ਤਾਲਾ ਤੇ ਉਹਦੀ ਹੱਦ ਬੰਨਾ ਜਾਣ ਵਾਲਾ ਮੁਹੰਮਦ ਸਾਹਿਬ ਰਸੂਲ ਹੈ, ਹੁਣ ਮੁਹੰਮਦ ਸਾਹਿਬ ਨੂੰ ਛੱਡੀਏ ਕਿ ਜਾਂ ਰੱਬ ਨੂੰ ਛੱਡੀਏ, ਕਿਹਨੂੰ ਛੱਡੀਏ? ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪਤਾ ਕੀ ਜਵਾਬ ਦਿੱਤਾ ਸੀ? ਉਹਨਾਂ ਨੇ ਕਿਹਾ ਸੀ ਸ਼ੇਖ ਬ੍ਰਹਮ ਜੀ, ਇੱਕੋ ਸਾਹਿਬ ਨਾ ਦੂਜੀ ਹੱਦ, ਇੱਕੋ ਸੇਵੀ ਦੂਜਾ ਰੱਦ। ਮੁਹੰਮਦ ਸਾਹਿਬ ਜੀ ਰਸੂਲ ਨੇ ਰੱਬ ਦੇ, ਇਹ ਤੂੰ ਮੰਨਦਾ ਪਰ ਮੈਂ ਨਹੀਂ ਮੰਨਦਾ, ਕਿਉਂਕਿ ਰਸੂਲ ਦਾ ਆਖਰੀ ਅਰਥ ਤੂੰ ਇਹ ਕਰਦਾ ਵੀ ਉਹਦੇ ਤੋਂ ਬਗੈਰ ਰੱਬ ਨੂੰ ਮਿਲਿਆ ਨਹੀਂ ਜਾ ਸਕਦਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇੱਕ ਅਕਾਲ ਪੁਰਖ ਵਾਹਿਗੁਰੂ, ਉਹ ਤੋਂ ਬਗੈਰ ਦੂਜਾ ਕੋਈ ਹੋਰ ਹੈ ਨਹੀਂ। ਜੇ ਰੱਬ ਨੂੰ ਪਾਉਣਾ ਹੋਵੇ ਤੇ ਡਾਇਰੈਕਟਰੀ ਕਨੈਕਸ਼ਨ ਅਸੀਂ ਆਪ ਹੀ ਰੱਬ ਨਾਲ ਜੋੜ ਸਕਦੇ ਹਾਂ, ਸਾਨੂੰ ਕਿਸੇ ਦੇ ਮੂਹਰੇ ਜਾ ਕੇ ਤਰਲੇ ਮਾਰਨ ਦੀ ਕੋਈ ਜ਼ਰੂਰਤ ਨਹੀਂ। ਸ਼ੇਖ ਬ੍ਰਹਮ ਬੜਾ ਸਿਆਣਾ ਸੀ, ਉਹਨੇ ਕਿਹਾ ਵੀ ਅੱਜ ਮੈਂ ਲੱਤ ਉੱਪਰ ਰੱਖਣੀ ਹੈ ਗੁਰੂ ਨਾਨਕ ਸਾਹਿਬ ਦੇ। ਉਹਨੇ ਕਿਹਾ ਜੀ ਬਾਬਾ ਨਾਨਕਾ, ਜੇ ਤੁਸੀਂ ਰੱਬ ਦੀ ਗੱਲ ਕਰਦੇ ਹੋ, ਰੱਬ ਨੂੰ ਪਾਉਣ ਵਾਸਤੇ ਕੋਈ ਦੂਜਾ ਰਸਤਾ ਤਾਂ ਹੋਵੇਗਾ ਹੀ, ਡਾਇਰੈਕਟ ਕਿੱਦਾਂ ਰੱਬ ਮਿਲ ਜਾਏਗਾ? ਤੇ ਗੁਰੂ ਨਾਨਕ ਸਾਹਿਬ ਨੇ ਇੱਕ ਪੌੜੀ ਉੱਥੇ ਸੁਣਾਈ ਸੀ, ਵਿਦਵਾਨ ਸੱਜਣਾ ਨੇ ਬੜੇ ਸੋਹਣੇ ਉਹਦੇ ਅਰਥ ਕੀਤੇ ਨੇ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ। ਕਹਿੰਦੇ ਰੱਬ ਆਪ ਪੈਦਾ ਖੁਦ ਹੋਇਆ, ਰੱਬ ਨੇ ਆਪਣਾ ਆਪ ਪੈਦਾ ਕੀਤਾ, ਦੂਜੀ ਜਗ੍ਹਾ ਤੇ ਪਰਮਾਤਮਾ ਨੇ ਕੁਦਰਤ ਬਣਾਈ, ਉਸ ਕੁਦਰਤ ਵਿੱਚ ਰੱਬ ਖੁਦ ਆਪ ਬਹਿ ਗਿਆ। ਆਪੀ ਨੇ ਆਪ ਸਾਜਿਓ ਆਪੀ ਨਾ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ। ਉਹ ਆਪ ਹੀ ਦਾਤਾ ਦਿੰਦਾ, ਆਪ ਹੀ ਮੌਤ ਦਿੰਦਾ, ਆਪ ਹੀ ਰਿਜਕ ਦਿੰਦਾ, ਆਪ ਹੀ ਜੀਵਨ ਦਿੰਦਾ। ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ, ਤੂੰ ਜਾਂ ਨੋਈ ਸਭ ਸਹਿ ਦੇ ਲੈਸੇ ਜਿੰਦ ਕਵਾਓ, ਕਰ ਆਸਣ ਡਿੱਠੋ ਚਾਓ। ਉਹ ਰੱਬ ਤਾਂ ਸਾਰੀ ਕੁਦਰਤ ਵਿੱਚ ਹੈ, ਉਹਨੂੰ ਪ੍ਰਾਪਤ ਕਰਨ ਵਾਸਤੇ ਕਿਸੇ ਦੇ ਮੂਹਰੇ ਹੱਥ ਜੋੜਨ ਦੀ ਜ਼ਰੂਰਤ ਨਹੀਂ। ਇਹ ਜ਼ਰੂਰੀ ਨਹੀਂ ਵੀ ਮੁਹੰਮਦ ਸਾਹਿਬ ਦੇ ਨਾਲ ਹੀ ਰੱਬ ਮਿਲਣਾ ਹੈ, ਤੁਹਾਡਾ ਦਿਲ ਸੱਚਾ ਹੋਣਾ ਚਾਹੀਦਾ, ਪਰਮਾਤਮਾ ਕਿਸੇ ਪਾਸੇ ਨਹੀਂ ਗਿਆ ਹੋਇਆ। ਗੁਰੂ ਨਾਨਕ ਸਾਹਿਬ ਦੇ ਜੀਵਨ ਦੀਆਂ ਜਦੋਂ ਅਸੀਂ ਇਹ ਘਟਨਾਵਾਂ ਪੜ੍ਹਦੇ ਹਾਂ ਤੇ ਸਾਨੂੰ ਪਤਾ ਲੱਗ ਜਾਂਦਾ ਬਾਬੇ ਨਾਨਕ ਨੇ ਜਿਹੜਾ ਹੋਕਾ ਦਿੱਤਾ ਸੀ ਨਾ ਇੱਕ ਓਅੰਕਾਰ ਦਾ, ਉਹਦਾ ਮਾਇਨਾ ਕੀ ਸੀ? ਰੱਬ ਇੱਕ ਹੈ, ਉਹ ਤੋਂ ਇਲਾਵਾ ਦੂਜਾ ਹੋਰ ਕੋਈ ਨਹੀਂ। ਬਸ ਬੰਦਿਆ ਤੇਰੀ ਨੇਕ ਨੀਤੀ ਹੋਣੀ ਚਾਹੀਦੀ, ਜਿਸ ਨੇ ਨੇਕ ਨੀਤੀ ਹੋ ਗਈ, ਦਿਲ ਸੱਚਾ ਸੁੱਚਾ ਹੋ ਗਿਆ, ਪਰਮਾਤਮਾ ਕਿਸੇ ਪਾਸੇ ਨਹੀਂ ਗਿਆ ਹੋਇਆ, ਪਰਮਾਤਮਾ ਤੈਨੂੰ ਮਿਲ ਜਾਏਗਾ। ਉੱਥੇ ਕੋਈ ਵੀ ਆ ਜਾਏ, ਪਾਪੀ ਤੋਂ ਪਾਪੀ ਬੰਦਾ ਵੀ ਆ ਜਾਏ, ਉਹਦਾ ਵੀ ਗੁਰੂ ਨਾਨਕ ਸਾਹਿਬ ਪਾਰ ਉਤਾਰਾ ਕਰ ਦਿੰਦੇ ਨੇ। ਅੱਜ ਸੱਜਣ ਠੱਗ ਗੁਰੂ ਨਾਨਕ ਸਾਹਿਬ ਦੇ ਮੂਹਰੇ ਖੜਾ ਹੈ ਤੇ ਸੱਜਣ ਨੂੰ ਉਹਦੀ ਠੱਗਤਾਈ ਦੂਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਸ਼ਬਦ ਉਚਾਰਨ ਕੀਤਾ, ਉਜਲ ਕਹਿਣਾ ਚਿਲਕਣਾ ਘੁੱਟ ਮਕਾਲੜੀ ਮਸ, ਧੋਤਿਆਂ ਜੂਟਣਾ ਉਤਰੈ ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚੌਂਦਿਆਂ ਨਾਲ ਚਲਾਨ, ਜਿੱਥੇ ਲੇਖਾ ਮੰਗੀਆ ਕਿੱਥੇ ਖੜੇ ਦਿਸਾਂ। ਉਹ ਸੱਜਣ ਜਿਹੜਾ ਹਜ਼ਾਰਾਂ ਲੋਕਾਂ ਨੂੰ ਮਾਰ ਲੁੱਟ ਕੇ ਖਤਮ ਕਰ ਚੁੱਕਾ ਸੀ, ਅੱਜ ਚਰਨਾਂ ਵਿੱਚ ਆ ਕੇ ਖੜਾ ਹੋ ਕੇ ਕਹਿੰਦਾ ਬਾਬਾ ਮੈਂ ਪਾਪੀਆਂ ਤੇ ਤੂੰ ਬਖਸ਼ਣਹਾਰ, ਮੇਰੇ ਤੇ ਇੰਨੀ ਕਿਰਪਾ ਕਰ ਦੇ, ਮੇਰੇ ਤੋਂ ਜਿਹੜੇ ਪਾਪ ਹੋਏ ਨੇ ਉਹਨਾਂ ਨੂੰ ਕੱਟ ਦੇ ਆਪਣੇ ਚਰਨਾਂ ਵਿੱਚ ਰੱਖ ਲੈ। ਉਹ ਕਰੋੜਾਂ ਪਾਪ ਕਰਨ ਵਾਲੇ ਸੱਜਣ ਨੂੰ ਧਰਮ ਪ੍ਰਚਾਰਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਥਾਪ ਦਿੰਦੇ ਨੇ। ਮੈਂ ਇਹ ਬੇਨਤੀ ਕਰਾਂਗਾ ਅਖੀਰ ਦੇ ਵਿੱਚ, ਗੁਰੂ ਨਾਨਕ ਸਾਹਿਬ ਦਾ ਦਿਨ ਮਨਾ ਰਹੇ ਹੋ, ਵਿਦਵਾਨ ਸੱਜਣ ਕਹਿੰਦੇ ਨੇ ਜਿਸ ਕਾ ਦਿਨ ਮਨਾਤੇ ਹੋ ਉਸ ਕੀ ਬਾਤ ਵੀ ਸਮਝੋ। ਜਿੱਦਾਂ ਅਸੀਂ ਦਿਨ ਮਨਾ ਰਹੇ ਹਾਂ ਉਹਦੇ ਚਰਨਾਂ ਵਿੱਚ ਇੱਕ ਅਰਜੋਈ ਕਰੀਏ, ਸੱਚੇ ਪਾਤਸ਼ਾਹ ਤੇਰੀ ਪਾਵਨ ਬਾਣੀ ਰੋਜ਼ ਪੜ੍ਹਦੇ ਹਾਂ ਜਪਜੀ ਸਾਹਿਬ, ਕਦੇ ਇੱਕ ਦਿਨ ਆ ਸਾਨੂੰ ਦਰਸ਼ਨ ਦੇ ਜਪਜੀ ਸਾਹਿਬ ਦੇ ਵਿੱਚੋਂ। ਮੈਂ ਬਹੁਤ ਵਾਰੀ ਬੇਨਤੀ ਕਰਿਆ ਕਰਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਕਰੈਕਟਰ ਹੈ ਜਪਜੀ ਸਾਹਿਬ, ਗੁਰੂ ਨਾਨਕ ਸਾਹਿਬ ਦੀ ਅਸਲ ਤਸਵੀਰ ਹੈ ਜਪਜੀ ਸਾਹਿਬ। ਜੇ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਵੇਖਣਾ ਚਾਹੁੰਦੇ ਹੋ ਤੇ ਜਪਜੀ ਸਾਹਿਬ ਰੋਜ਼ ਪੜ੍ਹਦੇ ਹੋ, ਕਦੇ ਅਰਥਾਂ ਦੇ ਸਮੇਤ ਇੱਕ ਦਿਨ ਪੜ੍ਹਿਓ, ਤੁਹਾਨੂੰ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ ਵਿੱਚੋਂ ਦਰਸ਼ਨ ਦੇਣਗੇ, ਦਿਸਣਗੇ ਤੁਹਾਨੂੰ। ਉਹ ਨਹੀਂ ਤਸਵੀਰ ਵਰਗੇ, ਉਹ ਤੁਹਾਡੇ ਅੰਦਰ ਆਤਮੇ ਨੇ ਹਰ ਵਕਤ, ਪਰ ਅਸੀਂ ਹਨੇਰਾ ਪਾ ਕੇ ਰੱਖਿਆ ਹੈ। ਦੀਵਾ ਜਗ ਜ਼ਰੂਰ ਰਿਹਾ ਹੈ, ਲੇਕਿਨ ਜਿਹੜਾ ਕੱਚ ਨਾ ਲਾਲ ਟਹਿਣ ਹੁੰਦੀ ਹੈ, ਉਹ 'ਚ ਜਦੋਂ ਦੀਵਾ ਜਗਦਾ ਹੈ ਤੇ ਜਗਦਿਆਂ ਜਗਦਿਆਂ ਲੰਮਾ ਟਾਈਮ ਹੋ ਜਾਏ ਤੇ ਦੀਵੇ ਦੇ ਕਰਕੇ ਅੰਦਰ ਬਹੁਤ ਕਾਲਖ ਜੰਮ ਜਾਂਦੀ। ਜਿਹੜੀ ਕਾਲਖ ਹੁੰਦੀ ਹੈ ਉਹਦੇ ਕਰਕੇ ਜਿਹੜਾ ਚਾਨਣ ਹੈ ਬਾਹਰ ਨਿਕਲਦਾ ਨਹੀਂ, ਹਨੇਰਾ ਰਹਿੰਦਾ। ਹਨੇਰਾ ਹੈ ਅੰਦਰ, ਉਹ ਕਾਲਖ ਜਿੱਦਣ ਦੂਰ ਹੋ ਗਈ ਬਾਬਾ ਨਾਨਕ ਸਾਡੇ ਸਾਹਮਣੇ ਪ੍ਰਤੱਖ ਹੋਣਗੇ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਿਓ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਗੁਰਪੁਰਬ ਦੀਆਂ
आप समूह साध संगतां नूं बहुत 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 मुबारकां। गुरु नानक साहब जी कृपा करन, साडे सिर दे उत्ते अपना मेहरां भरे हाथ रखन, उन्हां दीआं महान विचारां साडे जीवन विच वस जाण। गुरु नानक साहब महाराज का जो असूल है वह साडी लाइफ में वस जाए, फिर ही बनेगी गल लाख खुशियां पातशाहियां। जे सतगुरु नदर करे, आओ एक पंक्ति का उच्चारण करके नाल ही समाप्ति करिए जी। सारे ने बड़े प्रेम नाल पढ़ना, जिहड़ी पंक्ति असी शुरुआत विच पढ़ी सी अखीर विच पढ़ के नाल ही समाप्ति करिए जी। नाम मिलै ता जीवा नानक, नाम मिलै ता जीवा, नाम मिलै ता जीवा नानक, नाम मिलै ता जीवा, नाम मिलै तन मन थीवै हरिया, तन मन थीवै हरिया, तन मन तन मन थीवै हरिया, नानक नाम मिलै ता जीवा, नाम मिलै ता जीवा, नानक नाम मिलै ता जीवा, नाम नाम मिलै ता। बहुत बहुत धन्यवाद सतगुरु श्री गुरु ग्रंथ साहिब सच्चे पातशाह जी का, रब वर्गियां प्यारियां संगतां दा, और बहुत बहुत धन्यवाद प्रबंधक कमेटी और बड़े प्यारे स्टाफ का जिन्होंने बहुत साथ दिता, आपके दर्शन करवाए ने। गुरु साहब के पावन चरणों में अरदास बेनती है, मालक सानू सभना नू ज्ञान की दात द्वारा नवाजन जी, इतनियां बेनतियां स्वीकार करियो। भुल चुक दी खिमा जी, नानक नाम तेरे भाणे, वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।